ਸਤਿ ਸ਼੍ਰੀ ਅਕਾਲ, ਸਵਾਗਤ ਸਭ ਸਤਿਕਾਰਯੋਗ ਸੱਜਣਾਂ ਦਾ ਜੋ ਇਸ ਵਕਤ ਜੁੜੇ ਨੇ ਟਿਵਾਣਾ ਟੀ ਵੀ ਰੇਡੀਓ ਪ੍ਰੋਗਰਾਮਾਂ ਦੇ ਨਾਲ। ਸ਼ਹਿਰ ਪਟਿਆਲਿਓ, ਮੈਂ ਪਰਮਿੰਦਰ ਸਿੰਘ ਟਿਵਾਣਾ ਅਤੇ ਆਪਣੇ ਨਾਲ ਲੁਧਿਆਣਾ ਤੋਂ ਜੁੜ ਚੁੱਕੇ ਨੇ ਸਾਹ ਰਣਜੀਤ ਸਿੰਘ ਕੁੱਕੀਗਲ ਸਾਹਿਬ। ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਗਿੱਲ ਸਾਹਿਬ, ਸਵਾਗਤ ਭਰੀਆਂ ਹਵਾਵਾਂ ਫਿਜ਼ਾਵਾਂ ਦੀ ਅਸੀਂ ਉਮੀਦ ਕਰਦੇ ਹਾਂ। ਅਤੇ ਇਸ ਦੌਰਾਨ ਪਤਾ ਨਹੀਂ ਕਿਉਂ ਸਾਡੀਆਂ ਹਵਾਵਾਂ ਫਿਜ਼ਾਵਾਂ ਦੇ ਵਿੱਚ ਜ਼ਹਿਰ ਘੁਲ ਜਾਂਦਾ ਸਿਆਸਤ ਦਾ। ਪਿਛਲੇ ਹਫ਼ਤੇ ਤੋਂ ਹੀ ਜਿਹੜਾ ਐੱਸ ਵਾਈ ਐੱਲ ਦਾ ਮੁੱਦਾ ਮੁੜ ਖਬਰਾਂ 'ਚ ਆ ਗਿਆ। ਇਸੇ ਐੱਸ ਵਾਈ ਐੱਲ ਤੋਂ ਪੰਜਾਬ ਦੇ ਕਾਲੇ ਦੌਰ ਦੀ ਸ਼ੁਰੂਆਤ ਹੋਈ ਸੀ। ਇਹ ਨਹਿਰ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਨੂੰ ਪੀ ਗਈ ਹੈ, ਕਿੰਨਾ ਕੁ ਲਹੂ ਪੀ ਗਈ ਹੈ, ਅਜੇ ਵੀ ਇਸਦਾ ਵਜੂਦ ਜਿਉਂ ਦਾ ਤਿਉਂ ਹੈ। ਐੱਸ ਵਾਈ ਐੱਲ ਦਾ ਇਹ ਵਿਵਾਦ ਸਿਆਸੀ ਹੈ, ਕੋਈ ਵੀ ਧਿਰ ਸੰਜੀਦਾ ਤੌਰ 'ਤੇ ਇਸ ਨੂੰ ਸੁਲਝਣ ਲਈ ਤਿਆਰ ਨਹੀਂ। ਜੀ ਗਿੱਲ ਸਾਹਿਬ, ਕੀ ਲੱਗਦਾ? ਇਹਦੇ 'ਤੇ ਮੈਂ ਦੋ ਬੋਲ ਪਹਿਲੇ ਬੋਲੂੰਗਾ ਵੀ ਜ਼ਿੰਦਗੀ ਦੇ ਪਾਣੀ ਬੇਸ਼ੱਕ ਕਿਸੇ ਦੇ ਚਲੇ ਜਾਣ ਨਾਲ ਨਹੀਂ ਰੁਕਦੇ, ਪਰ ਅਲਾਹਾਂ ਵੱਲੋਂ ਡੋਬੀਆਂ ਬੇੜੀਆਂ ਕਦੇ ਕਿਨਾਰੇ ਵੀ ਨਹੀਂ ਲੱਗਦੀਆਂ। ਬਿਲਕੁਲ, ਅਲਾਹਾਂ ਨੇ ਐਸੀ ਬੇੜੀ ਡੋਬੀ ਆ ਸਾਡੀ 1955 ਤੋਂ ਲੈ ਕੇ ਹੁਣ ਤੱਕ ਇਹ ਦਾਸਤਾਨ ਚੱਲ ਰਹੀ ਹੈ ਸਾਡੇ ਪਾਣੀਆਂ ਦੀ, ਪਾਣੀਆਂ ਦੇ ਲਈ। 1955 ਵਾਲੀ ਇੱਕ ਮੀਟਿੰਗ, ਇਹ ਤਾਂ ਤੈਅ ਹੋ ਗਿਆ ਕਿ ਕਿੰਨਾ ਪਾਣੀ ਰਾਜਸਥਾਨ ਪੈਪਸੂ ਨੂੰ ਜੰਮੂ ਕਸ਼ਮੀਰ ਨੂੰ ਜਾਣਾ, ਪਰ ਇਹ ਤੈਅ ਹੋਇਆ ਜਦੋਂ ਗੱਲ ਉੱਠੀ ਉਹਦੇ ਰੋਇਲਟੀ ਦੀ, ਜਿਹੜੀ ਕਿ ਅੰਗਰੇਜ਼ਾਂ ਦੇ ਟਾਈਮ 'ਤੇ ਆਪਾਂ ਨੂੰ ਰੋਇਲਟੀਜ਼ ਮਿਲ ਰਹੀਆਂ ਸੀ, ਰਿਆਸਤਾਂ ਤੋਂ ਵੀ ਮਿਲ ਰਹੀਆਂ ਸੀ ਅਤੇ ਬੀਕਾਨੇਰ ਦੇ ਰਾਜੇ ਤੋਂ ਵੀ ਮਿਲ ਰਹੀਆਂ ਸੀ। ਜਦੋਂ ਸਵਾਲ ਆਇਆ ਵੀ ਇੱਥੇ ਹੁਣ ਇਹਦੀ ਰੋਇਲਟੀ ਕੌਣ ਦੇਊਗਾ ਪਾਣੀ ਦੀ, ਤਾਂ ਉਹ ਕਹਿੰਦੇ ਵੀ ਇਹ ਸੈਕਿੰਡ ਮੀਟਿੰਗ ਦੇ ਵਿੱਚ ਡਿਸਾਈਡ ਕਰਾਂਗੇ। ਜਿਹੜੀ ਮੀਟਿੰਗ ਅੱਜ 67 ਈਅਰਸ ਹੋ ਗਏ, ਉਹ ਸੈਕਿੰਡ ਮੀਟਿੰਗ ਹੋਈ ਨਹੀਂ। ਇਸੇ ਤਰ੍ਹਾਂ ਅੱਜ ਮੈਂ 1966 ਵਿੱਚ ਜਦੋਂ ਆਪਾਂ ਅਲੈਦਾ ਹੋਏ ਹਾਂ, ਨਵਾਂ ਪੰਜਾਬ ਬਣਿਆ ਹੈਗਾ ਅਤੇ ਹਰਿਆਣਾ ਨਵਾਂ ਸੂਬਾ ਬਣਿਆ, ਇਸੇ ਤਰ੍ਹਾਂ ਹਿਮਾਚਲ ਬਣਿਆ, ਉਦੋਂ ਜਿਹੜੀਆਂ ਮੱਦਾਂ ਵਿੱਚ ਪਾਈਆਂ ਗਈਆਂ 78, 79, 80, ਜਿਹਦੇ ਕਰਕੇ ਸੈਂਟਰ ਨੇ ਪਾਣੀਆਂ ਦਾ ਕਾਫੀ ਹੱਦ ਤੱਕ ਅਖਤਿਆਰ ਆਪਣੇ ਕੋਲ ਰੱਖਿਆ ਸੀ, ਜਿਹੜੀਆਂ ਕਿ ਗੈਰ ਸੰਵਿਧਾਨਿਕ ਸੀਗੀਆਂ। ਉਦੋਂ ਜਿਹੜੇ ਮਲਾਹਾ ਸੀਗੇ ਜਿਨ੍ਹਾਂ ਨੇ ਪੰਜਾਬੀ ਸੂਬਾ ਮੋਰਚਾ ਲਾਇਆ, ਉਹਨਾਂ ਨੂੰ ਰਾਜ ਸੱਤਾ ਲੈਣ ਦੀ ਇੰਨੀ ਕਾਹਲੀ ਸੀ ਕਿ ਉਹਨਾਂ ਨੇ ਇਹ ਚੀਜ਼ਾਂ ਨੂੰ ਉਦੋਂ ਵਿਚਾਰਨਾ ਹੀ ਨਹੀਂ ਚਾਹਿਆ, ਅਤੇ ਉਹਨਾਂ ਨੇ ਉਸੇ ਤਰ੍ਹਾਂ ਪੰਜਾਬੀ ਸੂਬਾ ਮੰਨ ਲਿਆ ਇਹਨਾਂ ਕਲੋਜ਼ਿਸ ਦੇ ਨਾਲ, ਜਿਹੜੀਆਂ ਕਿ ਬਾਅਦ 'ਚ ਆ ਕੇ ਇਹਨਾਂ ਮਲਾਹਾਂ ਵੱਲੋਂ ਅਜਿਹੀਆਂ ਬੇੜੀਆਂ ਪਈਆਂ ਕਿ ਅੱਜ ਸਾਡੀ ਕਿਸ਼ਤੀ ਕਿਸੇ ਕੰਢੇ ਲੱਗਦੀ ਦਿਖਾਈ ਨਹੀਂ ਦੇ ਰਹੀ। ਇਹ ਜਿਹੜੀਆਂ ਇਹਦੇ ਵਿੱਚ ਫੋਲਟ ਲਾਈਨਸ ਜਿਹੜੀਆਂ ਹੈਗੀਆਂ ਨੇ, ਇਹ ਸਮੇਂ ਸਮੇਂ ਸਿਰ ਮਲਾਹਾਂ ਨੇ ਹੀ ਖੜੀਆਂ ਕੀਤੀਆਂ ਨੇ, ਚਾਹੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰੂਪ ਵਿੱਚ ਆਏ ਅਤੇ ਚਾਹੇ ਉਹ ਸਰਦਾਰ ਦਰਬਾਰਾ ਸਿੰਘ ਦੇ ਟਾਈਮ 'ਤੇ ਆਏ ਕਾਂਗਰਸ ਵੇਲੇ। ਉਸ ਤੋਂ ਬਾਅਦ ਸਾਰਿਆਂ ਨਾਲੋਂ ਵੱਡਾ ਮਲਾਹਾ ਜਿਹੜਾ ਸੰਤ ਲਾਂਗੋਵਾਲ ਸੀਗਾ, ਉਹਨੇ ਤਾਂ ਫਿਰ ਜਮਾਂ ਹੀ ਬੇੜੀ ਸਾਰੀ ਭਾਰ ਲਾ ਦਿੱਤੀ। ਇਹਨਾਂ ਜਿਹੜੀਆਂ ਇਹਨਾਂ ਦੇ ਵੱਲੋਂ ਡੋਬੀਆਂ ਗਈਆਂ ਬੇੜੀਆਂ ਕੱਢਣ ਦੇ ਵਿੱਚ ਹੁਣ ਭਗਵੰਤ ਮਾਨ ਐਸ ਚੀਫ ਮਿਨਿਸਟਰ ਪੰਜਾਬ ਵੀ ਨਾਕਾਮਯਾਬ ਸਿੱਧ ਹੋ ਰਿਹਾ ਹੈਗਾ। ਇਸ ਕਰਕੇ ਆਪਸ 'ਚ ਹੀ ਮਿਹਣੋ ਮਿਹਣੀ ਹੋ ਕੇ ਉਲਝੇ ਹੋਏ ਆ, ਕਿਸ ਤਰ੍ਹਾਂ ਦੀ ਸ਼ਬਦਾਵਲੀ ਚੀਫ ਮਿਨਿਸਟਰ ਦੇ ਟਵੀਟਸ ਵਿੱਚ ਆ ਰਹੀ ਆ, ਜਿਹੜੀ ਕਿ ਉਹਨਾਂ ਦੇ ਆਫਿਸ ਦੀ ਡਿਗਨਿਟੀ ਨੂੰ ਕਿੰਨਾ ਬੀ ਲਿਟਲ ਕਰ ਰਹੀ ਆ। ਇਸ ਚੀਜ਼ਾਂ ਦਾ ਆਪਣੇ ਸਾਰਿਆਂ 'ਤੇ ਅਸਰ ਪੈ ਰਿਹਾ ਵੀ ਆਪਾਂ ਕਿੱਧਰ ਨੂੰ, ਆਪਾਂ ਮਸਲਾ ਸੁਲਝਾਉਣ ਵੱਲ ਨੂੰ ਤੁਰਨਾ ਕਿ ਇਹਨੂੰ ਉਲਝਾਉਣ ਵੱਲ ਨੂੰ ਤੁਰਦਾ ਹੈ ਜੀ। ਅਤੇ ਗਿੱਲ ਸਾਹਿਬ, ਜਿਸ ਤਰ੍ਹਾਂ ਕੋਈ ਵੀ ਚੀਜ਼ ਦੀ ਵੰਡ ਹੁੰਦੀ ਹੈ, ਬਹੁਤ ਸਾਰੇ ਮਾਹਰ ਜਿਹੜੇ ਨੇ ਤੁਹਾਡੇ ਹੀ ਭਾਈਵੰਦ ਡਾਕਟਰ ਰਣਜੀਤ ਸਿੰਘ ਗਿੱਲ ਅਰਥਸ਼ਾਸਤਰੀ ਨੇ, ਆਰ ਐੱਸ ਗਿੱਲ ਸਾਹਿਬ ਨੇ ਵੀ ਆਖਿਆ ਸੀਗਾ ਕਿ ਨੈਸ਼ਨਲ ਪੋਰਟਲ ਦੀ ਗੱਲ ਚੱਲੀ ਸੀ ਉਹਨਾਂ ਦੇ ਬਿਆਨ ਦੀ ਬਿਨਾਹ 'ਤੇ, ਕਿ ਮੌਜੂਦਾ ਜੋ ਪਾਣੀ ਦੀ ਸਥਿਤੀ ਹੈ ਉਸ ਮੁਤਾਬਕ ਹੀ ਵੰਡ ਹੋਣੀ ਚਾਹੀਦੀ ਹੈ। ਮੰਨ ਲਈਏ ਕਿ ਦੋ ਭਰਾ ਸੀ, 100 ਕਿੱਲਾ ਜ਼ਮੀਨ ਸੀ, 20-30 ਕਿੱਲੇ ਖੁਰ ਗਈ, ਨਦੀਆਂ 'ਚ ਵਹਿ ਗਈ, 80 ਕਿੱਲੇ ਰਹਿ ਗਈ। ਹੁਣ ਇੱਕ ਭਰਾ ਬਾਹਰੋਂ ਆਉਂਦਾ ਕਹਿੰਦਾ ਮੈਂ ਤਾਂ 40 ਨਹੀਂ ਹਿੱਸੇ ਵਹਿੰਦੇ, 50 ਲੈਣੇ ਨੇ। ਦੂਸਰਾ ਕਹਿੰਦਾ ਆਪਣੇ ਕੋਲ ਜ਼ਮੀਨ ਹੀ 80 ਕਿੱਲੇ ਆ, 40 ਤੂੰ ਆਲਰੇਡੀ ਰੱਖੀ ਬੈਠਾ, ਇੰਨੀ ਉਹ ਤੈਨੂੰ ਮਿਲਣੀ ਹੈ, ਤੂੰ 45 ਰੱਖੀ ਬੈਠਾ। ਜਿਹੜੀ ਮੌਜੂਦਾ ਜਿਹੜੇ 60 ਸਾਲ ਪਹਿਲਾਂ ਦੀ ਅਸੈਸਮੈਂਟ ਹੈ ਪਾਣੀ ਦੀ, ਗਲੇਸ਼ੀਅਰ ਸੁੰਗੜੇ ਨੇ, ਪਾਣੀ ਦਾ ਜਿਹੜਾ ਵਹਾਓ ਸੀ ਉਹ ਘਟਿਆ, ਪਰ ਵੰਡ 60 ਸਾਲ ਪੁਰਾਣੇ ਖਜ਼ਾਨੇ 'ਤੇ ਹੋ ਰਹੀ ਹੈ, ਖਜ਼ਾਨਾ ਹੁਣ ਖਤਮ ਹੋਇਆ। ਉਸ ਪੁਆਇੰਟ ਨੂੰ ਨਾ ਤਾਂ ਕੋਰਟ ਦੇ ਵਿੱਚ ਮੌਜੂਦਾ ਸਰਕਾਰਾਂ ਨੇ ਉਠਾਇਆ, ਨਾ ਪਹਿਲੀਆਂ ਨੇ ਉਠਾਇਆ। ਪਾਣੀ ਜਿੰਨਾ ਇਸ ਬੇਸਨ ਤੋਂ ਆ ਰਿਹਾ ਉਨਾ ਪਾਣੀ ਹਰਿਆਣਾ ਆਲਰੇਡੀ ਲੈ ਰਿਹਾ, ਇਹ ਗੱਲ ਸਭ ਨੂੰ ਪਤਾ ਹੈ। ਪਰ ਇਹ ਲੋਕ ਕੁਛ ਕਹਿੰਦੇ ਨੇ, ਇਸ ਬਾਰੇ ਸਰਕਾਰਾਂ ਕੋਈ ਨਹੀਂ ਸੋਚ ਰਹੀਆਂ। ਉਹ ਜਿਹੜੇ ਲੈ ਰਹੇ ਨੇ ਉਹਨਾਂ ਨੇ ਤਾਂ ਕੀ ਕਹਿਣਾ, ਜਿਨ੍ਹਾਂ ਨੇ ਦੇਣਾ ਉਹ ਇਹ ਤਾਂ ਕਹੀ ਜਾਂਦੇ ਨੇ ਸਾਡੇ ਕੋਲ ਤਿੱਪ ਨਹੀਂ, ਅਸੀਂ ਖੂਨ ਵਹਾ ਦਾਂਗੇ। ਇਹ ਵੀ ਪਤਾ ਕਿ ਇਹਨਾਂ ਲੀਡਰਾਂ 'ਚੋਂ ਕਿਸੇ ਨੇ ਨਹੀਂ ਖੂਨ ਦੇਣਾ,
खून देना तुहाडे साडे वर्गे आम पंजाबियों ने पहला भी दिता इस बारे ये जिहड़ा जिन्ना इस वक्त खजाना पानी का उसनों वंडिया जाए ना कि 60 साल पहला दे खजाने जिहदा वजूद नहीं हैगा हुण वह पॉइंट क्यों नहीं उठ रहा गिल साहब ये ता नहीं उठ रहे परमिंदर के समझते थे मगर फिर भी ना रखी दूरियां हमने चिरागों को जलाते चिरागों को जलाने में जला ली उंगलियां हमने जहे चिराग जलाए आ के साडियां सारियां उंगलियां साड़तियां पानी दी तापस इन्नी हैगी आ उहदे नाल जिहड़ा इस वारी अंटार्कटिका दा जिहड़ा सी आइस लैवल आया ਉਹ ਸਾਰਾ ਹੁਣ ਤੱਕ ਦਾ ਸਭ ਨਾਲੋਂ ਘੱਟ ਪੱਧਰ ਦੇ ਉੱਤੇ ਆਈਸ ਜਿਹੜੀ ਆ ਜਮੀਆਂ ਜਿਹੜੀ ਘਟੀ ਹੁੰਦੀ ਹੈ ਜਿੱਥੋਂ ਆ ਕੇ ਆਪਣੇ ਮੇਨ ਸੋਰਸ ਨੇ ਵਰਲਡ ਦੇ ਜਿਹੜੇ ਰੈਜ਼ਰਵਾਇਰ ਉੱਥੇ ਧੁਰੇ ਤੇ ਘੱਟ ਬਰਫ਼ ਪੈ ਰਹੀ ਆ ਤੇ ਜਿਹੜੇ ਇੱਥੇ ਆਪਣੇ ਗਰੇਸ਼ੀਅਸ ਹੈਗੇ ਨੇ ਜਿੱਥੋਂ ਪਾਣੀ ਚੋਂ ਦਰਿਆ ਨਿਕਲਦੇ ਨੇ ਉਹਨਾਂ ਦਾ ਮਕਦਾਰ ਲਗਾਤਾਰ ਘੱਟ ਰਿਹਾ ਹੈਗਾ ਪਾਣੀ ਦਾ ਕਿਉਂਕਿ ਇੱਕ ਤਾਂ ਬਰਫ਼ ਜਿੰਨੀ ਅੱਗੇ ਪੈਂਦੀ ਸੀ ਉਨੀ ਨਹੀਂ ਪੈਂਦੀ ਗੀ ਜੇ ਬਰਫ਼ ਨਹੀਂ ਪਊਗੀ ਤਾਂ ਫਿਰ ਪਹਿਲੂ ਕਿੱਥੋਂ ਤੇ ਪਾਣੀ ਦਾ ਆਪਾਂ ਦੇਖ ਹੀ ਰਹੇ ਹਾਂ ਕਿ ਸਤਲੁਜ ਵਰਗੇ ਦਰਿਆ ਪਹਿਲੇ ਕਿੰਨੇ ਭਰਮੇ ਦਰਿਆ ਚੱਲਦੇ ਸੀਗੇ ਹੁਣ ਇਹਨਾਂ ਦਾ ਜਾ ਕੇ ਜਦੋਂ ਆਫ ਸੀਜ਼ਨ ਹੁੰਦਾ ਤੁਸੀਂ ਲੈਵਲ ਤਾਂ ਦੇਖੋ ਸੂਏ ਨਾਲੋਂ ਵੀ ਘੱਟ ਲੈਵਲ ਹੁੰਦਾ ਦਰਿਆ ਸੋ ਉਸ ਕਰਕੇ ਉਹ ਸਾਰੀ ਮਿਕਦਾਰ ਨੂੰ ਦੇਖ ਕੇ ਨਾਲੇ ਪਾਣੀ ਤਾਂ ਉਹਨਾਂ ਨੂੰ ਜਾ ਹੀ ਰਿਹਾ ਪਹਿਲੇ ਤੋਂ ਹੀ ਇਹ ਆਪਣੇ ਜਿਹੜੇ ਇੱਥੇ ਜਿਹਨਾਂ ਨੇ ਉਂਗਲੀਆਂ ਜਾਲੀਆਂ ਨੇ ਉਹ ਕਹਿ ਰਹੇ ਆ ਕਿ ਤੁਪਕਾ ਨਹੀਂ ਦਿੰਦੇ ਤੁਪਕਾ ਕੀ ਦੇਣਾ ਹੈਗਾ ਪਾਣੀ ਤਾਂ 70% ਪਹਿਲੇ ਜਾ ਹੀ ਰਿਹਾ ਬਾਹਰ 1947 ਤੋਂ ਬਾਅਦ ਪਾਣੀ ਲਗਾਤਾਰ ਪੰਜਾਬ ਦਾ ਬਾਹਰ ਜਾ ਰਿਹਾ ਜੀ ਇਹ ਇਸ ਤਰ੍ਹਾਂ ਦੀ ਮਿਸ ਸਟੇਟਮੈਂਟ ਹੈਗੀ ਆ ਉਸੇ ਸਟੇਟਮੈਂਟ ਨੂੰ ਐਕਸਪਲੋਇਟ ਕਰਦੇ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਦੋਂ ਰਾਜਸਥਾਨ 'ਚ ਬੋਲਦੇ ਆ ਵੀ ਇਹ ਕਹਿੰਦੇ ਅਸੀਂ ਤੁਪਕਾ ਨਹੀਂ ਦੇਣਾ ਗਾ ਵੀ ਤੁਪਕਾ ਕਿਉਂ ਨਹੀਂ ਦੇਣਾ ਸਾਡਾ ਤਾਂ ਪਾਣੀ ਸਾਡੇ ਕੋਲ ਤਾਂ 30% ਪਾਣੀ ਆ ਸਾਡਾ 70% ਪਾਣੀ ਤਾਂ ਬਾਹਰ ਜਾ ਰਿਹਾ ਆਲਰੇਡੀ ਜਾ ਰਿਹਾ ਤੁਪਕੇ ਦਾ ਕੀ ਸਵਾਲ ਆ ਗਿਆ ਵੀ ਅਸੀਂ ਕਿਸੇ ਇੱਕ ਤੁਪਕਾ ਨਹੀਂ ਜਾਣ ਦਿਆਂਗੇ ਜਿਹੜਾ ਪੋਲੀਟੀਸ਼ੀਅਨ ਵੀ ਉੱਠਦਾ ਚਾਹੇ ਉਹ ਪਹਿਲੇ ਡਿਪਟੀ ਚੀਫ ਮਿਨਿਸਟਰ ਰਹਿ ਚੁੱਕੇ ਨੇ ਚਾਹੇ ਇਹਨਾਂ ਦੇ ਲੀਡਰ ਆਫ ਦੀ ਆਪੋਜੀਸ਼ਨ ਨੇ ਚਾਹੇ ਕਾਂਗਰਸ ਦੇ ਪ੍ਰਧਾਨ ਨੇ ਤੇ ਚਾਹੇ ਆਪਣੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੋ ਇਹ ਚੀਜ਼ਾਂ ਵੀ ਵਿਚਾਰਨੀਆਂ ਪੈਣੀਆਂ ਨਾ ਕਿ ਪਹਿਲੇ ਆਪਣੀ ਜਿਹੜਾ ਸਟੇਟਮੈਂਟ ਦਾ ਨੈਰੇਟਿਵ ਆ ਉਹ ਕਿਉਂ ਨਹੀਂ ਬਦਲ ਰਹੇ ਆਪਣਾ ਸਗੋਂ ਇਹ ਦੱਸਣ ਵੀ ਭਾਈ ਅਸੀਂ ਤਾਂ ਅੱਗੇ ਇੰਨਾ ਪਾਣੀ ਤਾਂ ਦੇ ਰਹੇ ਹੈਗੇ ਹਾਂ ਅਸੀਂ ਆਪਣਾ ਪਾਣੀ ਵੀ ਜਿਹੜਾ 30% ਆ ਉਹਦੇ 'ਚ ਵੀ ਅਸੀਂ ਮਸਾਂ 30% ਪਾਣੀ ਵਰਤ ਰਹੇ ਹੈਗੇ ਨਹਿਰੇ ਪਾਣੀ ਆਪਾਂ ਤਾਂ ਉਹ ਵੀ ਆਪਣਾ ਸਿੰਜਾਈ ਲਈ ਨਹੀਂ ਵਰਤ ਰਹੇ ਪੂਰਾ ਪਾਣੀ ਕਰਕੇ ਘੱਟੋ ਘੱਟ ਮਿਕਦਾਰ 65-70% ਚਾਹੀਦੀ ਹੈ ਜਿਹੜਾ ਸਿੰਜਾਈ ਲਈ ਨਹਿਰੀ ਪਾਣੀ ਲੱਗਣਾ ਚਾਹੀਦਾ ਦੂਜੇ ਪਾਸੇ ਆਪਾਂ ਨੂੰ ਗਰਾਊਂਡ ਵਾਟਰ ਦੀ ਕਿੱਡੀ ਵੱਡੀ ਸਮੱਸਿਆ ਆ ਰਹੀ ਹੈਗੀ ਆ ਜਿਹੜੀਆਂ ਸਬਸਿਡੀਜ਼ ਦਿੱਤੀਆਂ ਹੈਗੀਆਂ ਹੁਣ ਸਬਸਿਡੀਜ਼ ਵੱਡੀਆਂ ਹੁੰਦੀਆਂ ਜਾ ਰਹੀਆਂ ਇੱਕ ਵੱਡਾ ਰੂਪ ਅਖਤਿਆਰ ਕਰ ਰਹੀਆਂ ਨੇ ਜਿਹੜਾ ਕਿ ਹੁਣ ਸਾਰਾ ਜਿਹੜਾ ਬਜਟ ਦਾ 48% ਹਿੱਸਾ ਹੈਗਾ GDP ਦਾ ਉਹ ਤਾਂ ਇਸੇ ਸਬਸਿਡੀ ਦੇ ਫ੍ਰੀ ਵਹੀਕਲਚਰ 'ਚ ਜਾ ਰਿਹਾ ਹੈਗਾ ਬਿਲਕੁਲ ਅਤੇ ਬਾਕੀ ਜਾ ਰਿਹਾ ਹੈਗਾ ਜਿਹੜਾ ਆਪਾਂ ਇੰਨਾ ਕਰਜ਼ਾ ਚੱਕਿਆ ਹੈਗਾ ਉਹ ਕਰਜ਼ੇ ਦਾ ਮੂਲ ਮੋਡਨ 'ਚ ਜਾ ਰਿਹਾ ਹੈਗਾ ਇਸ ਪਾਸੇ ਬਿਹਾਰ ਵਰਗੀ ਸਟੇਟ ਸਿਰਫ 2.7% GDP ਦਾ ਵਰਤ ਰਹੀ ਹੈ ਸਬਸਿਡੀਜ਼ ਦੇ ਲਈ ਕੇਰਲਾ 0.1% ਵਰਤ ਰਿਹਾ ਹੈਗਾ ਅਤੇ ਪੰਜਾਬ 48% ਵਰਤ ਰਿਹਾ ਹੈਗਾ ਸਾਰਿਆਂ ਨਾਲੋਂ ਜ਼ਿਆਦਾ ਇਹਨਾਂ ਦੀ ਜਿਹੜੀ ਡੈਪਟ ਦੀ ਹੈਗੀ ਆ ਸਰਵਿਸ ਉਹ ਸਾਰਿਆਂ ਨਾਲੋਂ ਮਾੜੀ ਰੇਸ਼ੋ ਵਿੱਚ ਚਲੀ ਗਈ ਹੈ ਜਿੱਥੇ ਕਿ ਡੈਪਟ ਟ੍ਰੈਪ ਵਿੱਚ ਆ ਚੁੱਕੀ ਹੈ ਸਟੇਟ ਬਿਲਕੁਲ ਅਤੇ ਗਿੱਲ ਸਾਹਿਬ ਤੁਸੀਂ ਵੀ ਜਿਹੜਾ ਨੈਸ਼ਨਲ ਇੰਟਰਨੈਸ਼ਨਲ ਲਾਅ ਨੂੰ ਬਹੁਤ ਖੰਗਾਲਿਆ ਬੜੀ ਲੰਮੀ ਕਾਨੂੰਨੀ ਲੜਾਈ ਵੀ ਲੜੀ ਹੈ ਇਸ ਸੰਬੰਧੀ ਰਿਪੇਰੀਅਨ ਕਾਨੂੰਨ ਹੈ ਜਾਂ ਕੁਛ ਵੀ ਹੈ ਉਹਨਾਂ ਤੋਂ ਸਾਰੀਆਂ ਚੀਜ਼ਾਂ ਤੋਂ ਵਾਕਫ ਹੋ ਅਤੇ ਇਸ ਸਿਲਸਿਲੇ 'ਚ ਸਵੇਰੇ ਵੀ ਅਸੀਂ ਸਾਡੇ ਸ਼ੋਅ 'ਚ ਐਡਵੋਕੇਟ ਸੁਰਿੰਦਰ ਸਿੰਘ ਜੁੜਦੇ ਹੁੰਦੇ ਆ ਉਹਨਾਂ ਨਾਲ ਗੱਲਬਾਤ ਹੋਈ ਕਿ ਇਹ ਜੋ ਅਦਾਲਤ ਵਿੱਚ SYL 'ਤੇ ਪਾਰਟੀਆਂ ਲੜ ਰਹੀਆਂ ਨੇ ਸਾਰੀਆਂ ਪਾਰਟੀਆਂ ਉਸ ਦੇ ਵਿੱਚ ਵਕੀਲ ਵੀ ਕਾਂਗਰਸੀਏ ਜਾਂ ਦੂਸਰੇ ਸਾਰੇ ਵਕੀਲ ਨੇ ਕਪਿਲ ਸਿੱਬਲ ਵਰਗੇ ਜਾਂ ਹੋਰ ਵੱਡੇ ਲੋਕ ਨੇ ਅਤੇ ਇਸ ਦੌਰਾਨ ਕੀ ਅਗਰ ਕੋਈ ਅਜਿਹੀ ਧਿਰ ਬਣ ਜਾਂਦੀ ਹੈ ਇੱਕ ਅਜਿਹੀ ਪਾਰਟੀ ਬਣ ਜਾਂਦੀ ਹੈ ਕੋਈ ਧਿਰ ਜਿਹੜੀ ਆਖੇ ਕਿ ਭਾਈ ਜਿਹੜਾ ਮੌਜੂਦਾ ਪਾਣੀ ਹੈ ਉਸ ਦੀ ਪਮਾਇਸ਼ ਕਰ ਲਓ ਕਿ ਕਿੰਨਾ ਪਾਣੀ ਹੈ ਉਸ ਮੁਤਾਬਕ ਵੰਡ ਹੋ ਜਾਵੇ ਤਾਂ ਸ਼ਾਇਦ ਹਰਿਆਣੇ ਦਾ ਹਿੱਸਾ ਕੁਦਰਤੀ ਜ਼ੀਰੋ ਨਿਕਲੇਗਾ ਪਰ ਉਹ ਚੀਜ਼ਾਂ ਨਹੀਂ ਹੋ ਰਹੀਆਂ ਇਸ ਸਿਲਸਿਲੇ 'ਚ ਅਤੇ ਸਮਝਾਉਣ ਵਾਲਾ ਕੋਈ ਨਹੀਂ ਹੈ ਮੋਦੀ ਸਾਹਿਬ ਤਾਂ ਆਪ ਟਿੱਚਰਾਂ ਕਰਦੇ ਨੇ ਕਿ ਦੋ ਸੂਬੇ ਪਾਣੀ ਲਈ ਲੜ ਰਹੇ ਨੇ ਉੱਧਰੋਂ ਦੂਸਰੇ ਕਵੇਰੀ ਜਲ ਯੋਜਨਾ ਵਾਲਾ ਸਿਲਸਿਲਾ ਅਤੇ ਅੱਜ ਤੁਸੀਂ ਵੇਖੋ ਕਿ ਇਸ ਪਾਣੀ ਦੇ ਚੱਕਰਾਂ 'ਚ
ਪਹਿਲਾਂ ਪਿਛਲੇ ਦਿਨੀ ਦੂਸਰੇ ਝੰਬੇ ਨੇ, ਅੱਜ ਕਾਂਗਰਸ ਪਾਰਟੀ ਦੇ ਰਾਜਾ ਵੜਿੰਗ ਗ੍ਰਿਫਤਾਰ ਹੋਏ ਨੇ, ਦੂਸਰੇ ਝੰਬੇ ਨੇ ਵਾਟਰ ਕੈਨਨ ਦੇ ਨਾਲ, ਜਲ ਤੋਪਾਂ ਦੇ ਨਾਲ। ਕੱਲ੍ਹ ਨੂੰ ਅਕਾਲੀਆਂ ਦੀ ਵਾਰੀ ਹੈ। ਅਕਾਲੀ ਕਹਿੰਦੇ ਪੰਜਾਬ ਦਾ ਬੇੜਾ ਹੀ ਭਗਵੰਤ ਮਾਨ ਨੇ ਕੀਤਾ ਬਰਬਾਦ, ਹਾਲਾਂਕਿ ਆਪਣੇ ਤੋਂ ਦਿਨ ਭੁੱਲ ਗਈ, ਸਾਡੇ ਨਾਲ ਕਰੇ ਤਕੜਾਈਆਂ। ਕਪੂਰੀ ਦਾ ਮੋਰਚਾ, ਇਹਨੂੰ ਧਰਮ ਯੁੱਧ ਬਣਾਉਣ ਵਾਲੇ ਲੋਕ ਅੱਜ ਵੀ ਜਨਤਕ ਨਹੀਂ ਹੋ ਰਹੇ। ਇਸ ਸਿਲਸਿਲੇ 'ਚ ਇਸ ਪਾਣੀਆਂ ਦੀ ਲੜਾਈ 'ਚ ਜਿਹੜਾ ਚੰਡੀਗੜ੍ਹ ਪਾਣੀ ਦੀਆਂ ਵਿਛਾੜਾਂ ਝੱਲ ਰਹੇ ਇਹ ਲੋਕ ਨੇ, ਇਹ ਕਰਨਗੇ ਕੁਛ ਸਾਰੇ ਹੀ? 1 ਨਵੰਬਰ ਪੰਜਾਬ ਡੇ ਦੇ ਮੌਕੇ ਮਿਹਣੋ ਮਿਹਣੀ ਹੋਣਗੇ, ਜਿੱਦਾਂ ਪੰਜਾਬ ਦਾ ਜਨਮ ਦਿਨ ਹੋਏਗਾ। ਕੱਲ 7 ਅਕਤੂਬਰ ਸੀਗੀ, ਅੱਜ 7 ਅਕਤੂਬਰ 1953 ਨੂੰ ਚੰਡੀਗੜ੍ਹ ਦੀ ਨੀਂਹ ਰੱਖੀ ਗਈ ਸੀਗੀ। ਉੱਦਣ ਉਹਦੀ ਇਨਾਗੁਰੇਸ਼ਨ ਹੋਈ ਸੀ, ਉੱਦਣ ਤਿਆਰ ਹੋ ਕੇ ਚੰਡੀਗੜ੍ਹ ਲੋਕਾਂ ਨੂੰ ਅਰਪਣ ਕੀਤਾ ਗਿਆ ਸੀ ਪ੍ਰੈਜੀਡੈਂਟ ਆਫ ਇੰਡੀਆ ਵੱਲੋਂ। ਆਪਾਂ ਕਦੀ ਉਹ ਚੰਡੀਗੜ੍ਹ ਡੇ ਮਨਾਇਆ ਕਿ ਆਪਾਂ ਪਹਿਲੇ ਇਖਤਿਆਰ ਸਭ ਕੁਛ ਛੱਡ ਕੇ ਇਹ ਮੰਨ ਹੀ ਲਿਆ ਕਿ ਚੰਡੀਗੜ੍ਹ ਸਾਡਾ ਹੈ ਨਹੀਂ? ਕਿਸੇ ਪੋਲੀਟੀਕਲ ਪਾਰਟੀ ਨੇ, ਮੈਂ ਕਿਸੇ ਦਾ ਵੀ ਕੋਈ, ਈਵਨ ਚੀਫ ਮਿਨਿਸਟਰ ਭਗਵੰਤ ਮਾਨ ਦਾ ਵੀ ਮੈਂ ਕੋਈ ਇਸ਼ਤਿਹਾਰ ਨਹੀਂ ਦੇਖਿਆ ਇਸ ਬਾਰੇ। ਊਂ ਨਹੀਂ ਤਾਂ ਰੋਜ਼ ਇਸ਼ਤਿਹਾਰ ਉਹਨਾਂ ਦੇ ਫਰੰਟ ਪੇਜ 'ਤੇ ਹੁੰਦੇ। ਜੇ ਯਾਦ ਆ ਜਾਂਦਾ ਗਿੱਲ ਸਾਹਿਬ, ਹੋਰ ਸਿਆਪਾ ਛੱਡ ਜਾਣਾ ਸੀ, ਹੋਰ 20-50 ਲੱਖ ਦਾ ਇਸ਼ਤਿਹਾਰ ਲੱਗ ਜਾਣਾ ਸੀ ਜੀ। ਨਹੀਂ, ਚਲੋ ਲੱਗ ਤਾਂ ਜਾਣਾ, ਪਰ ਕੋਈ ਸੰਬੋਲਿਕ ਕੋਈ ਐਕਸਪ੍ਰੈਸ਼ਨ ਤਾਂ ਚਾਹੀਦਾ ਵੀ ਇਸ ਦਿਨ ਸਾਡਾ, ਬਿਲਕੁਲ ਸਾਡਾ ਲਾਹੌਰ ਨਵਾਂ ਅਸਾਰ ਕੇ ਦਿੱਤਾ ਗਿਆ ਸੀ। ਹਾਂ, ਰਾਜਧਾਨੀ ਸੀ ਸਾਡੀ ਇਹ। ਗਿੱਲ ਸਾਹਿਬ, ਥੋੜ੍ਹਾ ਜਿਹਾ ਮੈਂ ਵਾਅਦਾ ਕਰਦੇ ਕਿ ਪੰਜਾਬ ਦੀ ਇਹ 6ਵੀਂ ਰਾਜਧਾਨੀ ਹੈ ਚੰਡੀਗੜ੍ਹ। ਪਹਿਲੀ ਰਾਜਧਾਨੀ ਬਠਿੰਡਾ ਸੀ 8ਵੀਂ ਸਦੀ 'ਚ, ਪੌਲ ਵੰਸ਼ ਵੇਲੇ, ਬੇਨੇਪਾਲ ਰਾਜੇ ਦੇ ਵਕਤ, ਤਾਂ ਉਹ ਬਿਕਰਮਗੜ੍ਹ ਸੀ ਉਹਦਾ ਨਾਂ। ਫਿਰ ਮੁਲਤਾਨ ਬਣਿਆ, ਮੁਲਤਾਨ ਬਣਿਆ ਅਤੇ ਲਾਹੌਰ ਬਣਿਆ, ਅਤੇ ਇਸ ਸਿਲਸਿਲੇ ਦੇ ਵਿੱਚ ਸਰਹੰਦ ਬਣਿਆ, ਸ਼ਿਮਲਾ ਵੀ ਥੋੜ੍ਹੀ ਦੇਰ ਰਿਹਾ। ਇਹ ਚੰਡੀਗੜ੍ਹ, ਬਿਕਰਮਗੜ੍ਹ ਟੂ ਚੰਡੀਗੜ੍ਹ 6ਵੀਂ ਰਾਜਧਾਨੀ ਹੈ ਜਿਹੜੀ ਸਾਡੇ ਚੇਤਿਆਂ 'ਚ ਨਹੀਂ ਹੈ। ਹਾਂਜੀ ਹਾਂਜੀ, ਮਤਲਬ ਕਿ ਪੰਜਾਬ ਦੀ ਜਿਹੜੀ ਤਸਵੀਰ ਹੈ ਨਾ, ਉਹ ਡਾਕਟਰ ਜਗਤਾਰ ਨੇ 84-90 ਦੇ ਸੰਦਰਭ ਵਿੱਚ ਲਿਖੀ ਸੀਗੀ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਜੀ ਜ਼ਰੂਰ। ਅਰਦਾਸ ਕਿਉਂ ਨੇ ਰਾਹੀ ਵੀ ਰਹਿਨਮਾ ਵੀ, ਆਖਰ ਅਰਦਾਸ ਕਿਉਂ ਨੇ ਰਾਹੀ ਵੀ ਰਹਿਨਮਾ ਵੀ, ਰਾਸਤਾ ਹਯਾਤ ਦਾ ਹੈ ਜੋ ਮੌਤ ਦੀ ਡਗਰ ਹੈ, ਇੱਕ ਥਾਪ ਮੰਗਣਾ ਲੋਕਾਂ ਨੇ ਇਸ ਲਹੂ ਦਾ, ਲੋਕਾਂ ਨੇ ਇਸ ਲਹੂ ਦਾ, ਤਾਕਤ ਵਿੱਚ ਮਸਤ ਦਿੱਲੀ ਹਾਲੇ ਤਾਂ ਬੇਖਬਰ ਹੈ, ਤਾਕਤ ਮਸਤ ਦਿੱਲੀ ਤਾਂ ਹਾਲੇ ਬੇਖਬਰ ਹੈ। ਮਤਲਬ ਉਹਨਾਂ ਨੂੰ ਹਜੇ ਪਤਾ ਨਹੀਂ ਹੈ ਵੀ ਇਹਦੀ ਕੀ ਸੰਜੀਦਗੀ ਹੈਗੀ ਆ ਮਸਲੇ ਦੀ, ਪਾਣੀ ਮਤਲਬ ਕਿ ਕਿੰਨਾ ਜ਼ਰੂਰੀ ਤੁਹਾਡਾ ਲਾਈਫ ਆਸਪੈਕਟ ਹੈਗਾ, ਅਤੇ ਉਸ ਚੀਜ਼ ਬਾਰੇ ਜੇ ਮਨੁੱਖਤਾ ਦਾ ਤੁਸੀਂ ਘਾਣ ਹੀ ਕਰਨ ਤੁਰ ਪਏ, ਜਦੋਂ ਸਾਡੇ ਪਾਣੀ ਖੋਣ ਲੱਗ ਗਏ ਤਾਂ ਸਾਡੇ ਕੋਲ ਪਾਣੀ ਰਹਿਣੇ ਨਹੀਂ, ਤਾਂ ਫਿਰ ਅਸੀਂ ਪੰਜਾਬ ਉੱਥੇ ਫੂਡ ਬਾਊਲ ਬਣੂਗਾ ਵੀ ਕਿਵੇਂ? ਹੁਣ ਤੱਕ ਤਾਂ ਫੂਡ ਬਾਊਲ ਹੀ ਇਹਨਾਂ ਨੂੰ ਵਰਤਦੇ ਰਹੇ ਆ, ਜਾਂ ਇਹਨਾਂ ਨੂੰ ਹੁਣ ਪੰਜਾਬ ਦੀ ਲੋੜ ਨਹੀਂ ਹੈਗੀ। ਪੰਜਾਬ ਦੀ ਸਾਰੀ ਨੀਂਹ ਸਾਰੀ ਪਾਣੀ 'ਤੇ ਖੜੀ ਹੈਗੀ ਆ, ਸਾਡੇ ਦਰਿਆਵਾਂ 'ਤੇ ਤਾਂ ਅਸੀਂ ਖੜੇ ਹਾਂ, ਇੱਕੋ ਹੀ ਸਾਡੇ ਕੋਲ ਨੈਚੁਰਲ ਰਿਸੋਰਸ ਹੈਗਾ, ਹੋਰ ਤਾਂ ਆਪਣੇ ਕੋਲ ਕੋਈ ਨੈਚੁਰਲ ਰਿਸੋਰਸ ਵੀ ਹੈ ਨਹੀਂ ਆ। ਬਿਲਕੁਲ, ਇਸ ਚੀਜ਼ 'ਤੇ ਨਾ ਆਪਣੇ ਕੋਲ ਰਾਜਧਾਨੀ ਆ, ਨਾ ਆਪਣੇ ਕੋਲ ਆਪਣੀ ਹਾਈ ਕੋਰਟ ਹੈਗੀ ਆ, ਮਤਲਬ ਕਿ ਬੇਸਿਕ ਜਿਹੜੇ 3 ਪਿੱਲਰਸ ਹੈਗੇ ਆ, ਨੈਚੁਰਲ ਰਿਸੋਰਸ 'ਤੇ ਸਾਡਾ ਕੰਟਰੋਲ ਟੁੱਟ ਗਿਆ ਹੋਇਆ, ਸਾਡਾ ਜਿਹੜੀ ਕੈਪੀਟਲ ਜਿਹੜੀ ਰੀਜਨ ਆ ਉਹ ਸਾਡਾ ਡਿਸਪਿਊਟਡ ਆ, ਸਾਡੀ ਜਿਹੜੀ ਹਾਈ ਕੋਰਟ ਆ ਉਹ ਸ਼ੇਅਰਡ ਹਾਈ ਕੋਰਟ ਹੈਗੀ ਆ, ਅਤੇ ਕੇਸ ਸਾਡੇ ਸਾਲਾਂ ਬੱਧੀ ਪਏ ਰਹਿੰਦੇ ਨੇ ਹਾਈ ਕੋਰਟ ਦੇ ਵਿੱਚ। ਤੁਸੀਂ ਦੇਖੋ ਵੀ ਜਦੋਂ 1983 ਵਿੱਚ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਰਿੱਟ ਲਾਈ ਸੀ 78 ਮਦ ਬਾਰੇ, ਵੀ ਇਹਨੂੰ ਚੈਲੇਂਜ ਕੀਤਾ ਸੀ ਉਹਨਾਂ ਨੇ, ਉਹ ਜਦੋਂ ਰਿੱਟ ਲੱਗ ਕੇ ਸੁਣਾਈ ਹੋਣੀ ਸੀ ਤਾਂ ਉਦੋਂ 2 ਦਿਨ ਪਹਿਲੇ ਚੀਫ ਜਸਟਿਸ ਬਦਲ 'ਤੇ ਪਟਨੇ ਦੇ ਵਿੱਚ, ਅਤੇ ਇਸ ਰਿੱਟ ਨੂੰ ਜਿਹੜੇ ਅਟਾਰਨੀ ਜਨਰਲ ਦੀ ਇੱਕ ਐਪਲੀਕੇਸ਼ਨ ਲਾਈ ਸੁਪਰੀਮ ਕੋਰਟ 'ਚ, ਉਹਦੇ ਰਾਹੀਂ ਇਹਨੂੰ ਦਿੱਲੀ ਲੈ ਗਏ ਸੁਪਰੀਮ ਕੋਰਟ, ਜਿਹਦੀ ਮੁੜ ਕੇ ਕਦੀ ਸੁਣਵਾਈ ਨਹੀਂ ਹੋਈ। ਅਤੇ ਆਪਣੇ ਕਦੀ ਜਿਹੜੇ ਆ ਮਲਾਹ ਨੇ, ਤਾਂ ਹੀ ਮੈਂ ਕਹਿੰਦਾ ਮਲਾਹਾਂ ਨੇ ਬੇੜੀਆਂ, ਇਹਨਾਂ ਨੇ ਆਪਣੀਆਂ ਉਂਗਲੀਆਂ ਸਾੜੀਆਂ ਨੇ, ਇਹਨਾਂ ਨੇ ਮੁੜ ਕੇ ਪਤਾ ਵੀ ਨਹੀਂ ਕਰਨਾ ਚਾਹਿਆ ਵੀ ਉਹ ਹੈ ਕਿੱਥੇ ਨੇ ਰਿਟਸ ਏਰੀਆ, ਜਾਂ ਜਿਹੜਾ ਸਾਡੇ ਰੋਇਲਟੀ ਦੀ ਦੂਜੀ ਮੀਟਿੰਗ ਹੋਣੀ ਸੀ ਉਹ ਮੀਟਿੰਗ ਹੋਈ ਕਿਉਂ ਨਹੀਂ ਅੱਜ ਤੱਕ, ਅਤੇ ਕਿਉਂ ਨਹੀਂ ਇਹ ਪੱਖ ਸੁਪਰੀਮ ਕੋਰਟ ਅੱਗੇ ਰੱਖੇ ਜਾ ਰਹੇ? ਬਿਲਕੁਲ, ਦੇਖੋ ਗਿੱਲ ਸਾਹਿਬ, ਕਿਸੇ ਵੀ ਕੌਮ ਨੂੰ, ਮੁਸਤਕਬਿਲ ਨੂੰ, ਬੱਚਿਆਂ ਨੂੰ ਮੀਡੀਆ ਨੇ ਸੁਚੇਤ ਕਰਨਾ, ਮਾਸਟਰਾਂ ਨੇ ਕਰਨਾ, ਮਾਪਿਆਂ ਨੇ ਕਰਨਾ। ਮਾਪਿਆਂ ਦੀ ਮਸ਼ਰੂਫੀਅਤ ਹੈ, ਮਾਸਟਰਾਂ ਦਾ ਆਪਣਾ ਜਿਹੜਾ ਗਰੂਰ ਕਹਿ ਲਈਏ ਜਾਂ ਮਜਬੂਰੀ ਕਹਿ ਲਈਏ, ਅਤੇ ਮੀਡੀਆ ਦੀਆਂ ਆਪਣੀਆਂ ਮਗਰੂਰੀਆਂ ਨੇ।
ਇਸ ਸਿਲਸਿਲੇ 'ਚ ਬੌਧਿਕ ਕਮਜ਼ੋਰੀਆਂ ਨੇ। ਹੁਣ ਮੀਡੀਆ ਦੀ ਅਗਰ ਗੱਲ ਚੱਲੀ ਆ ਤਾਂ ਆਪਾਂ ਦੋ ਤਿੰਨ ਇਸ਼ੂ ਮੀਡੀਆ 'ਤੇ ਸਮੇਟਣੇ ਆ। ਮਸਲਨ ਜਿਵੇਂ ਅੱਜ ਜਿਹੜਾ ਤਕਰੀਬਨ ਕੁਝ ਇੱਕ ਪੋਰਟਲ 'ਤੇ ਇੰਟਰਨੈਸ਼ਨਲ ਪੋਰਟ 'ਤੇ ਖਬਰਾਂ ਆਈਆਂ, ਆਪਾਂ ਡਿਸਕਸ ਵੀ ਕੀਤਾ ਸੀ ਕਿ ਹਰਦੀਪ ਸਿੰਘ ਨਿੱਜਰ ਦੀ ਕੈਨੇਡਾ ਦੇ ਵਿੱਚ ਹੋਈ ਹੱਤਿਆ ਦੇ ਮਾਮਲੇ 'ਚ ਇੱਕ ਚੀਨੀ ਬਲੌਗਰ ਜਿਹੜੀ ਚੀਨ ਮੂਲਦੀ ਹੈ ਜੈਨੀਫਰ ਜੇਂਗ ਅਮੈਰੀਕਾ ਦੇ ਵਿੱਚ ਰਹਿੰਦੀ ਹੈ, ਉਸਨੇ ਆਪਣੇ ਪੋਰਟਲ 'ਤੇ ਖੁਲਾਸਾ ਕੀਤਾ ਕਿ ਹਰਦੀਪ ਸਿੰਘ ਨਿੱਜਰ ਦਾ ਕਤਲ ਚੀਨੀ ਕਮਿਊਨਿਸਟ ਪਾਰਟੀ CCP ਦੇ ਏਜੰਟਾਂ ਨੇ ਕੀਤਾ। ਉਹਨਾਂ ਨੇ ਸਾਰੇ ਵਜੂਦ ਮਿਟਾ ਦਿੱਤੇ ਨੇ। ਇਸ ਬਾਰੇ ਜੈਨੀਫਰ ਜੌਂਗ ਕਹਿੰਦੀ ਹੈ ਕਿ ਇਹ ਕਮਿਊਨਿਸਟ ਪਾਰਟੀ ਚੀਨ ਦੇ ਜਿਹੜੇ ਏਜੰਟ ਨੇ ਉਹਨਾਂ ਨੇ ਨਿੱਜਰ ਦੀ ਹੱਤਿਆ ਇਸ ਲਈ ਕੀਤੀ ਹੈ ਕਿ ਇਹਦੇ ਨਾਲ ਪੂਰਬ ਅਤੇ ਪੱਛਮ ਜਾਂ ਭਾਰਤ ਅਤੇ ਪੱਛਮ ਦੇ ਵਿੱਚ ਨਫ਼ਰਤ ਵਧੇ। ਇਸ ਦੌਰਾਨ ਇਹ ਜਿਹੜਾ ਵਧੇਗੀ ਜਾਂ ਨਹੀਂ, ਪਰ ਇਹ ਜਦੋਂ ਆਮ ਪਿੰਡਾਂ ਤੱਕ ਜਾਏਗੀ ਇਹਦਾ ਅਸਰ ਬਹੁਤ ਰਹੇਗਾ, ਕਿਉਂਕਿ ਜਦੋਂ ਕਾਮਰੇਡ ਦੀ ਗੱਲ ਹੁੰਦੀ ਹੈ ਤਾਂ ਉਹਦੇ ਨਾਲ ਪਤਾ ਨਹੀਂ ਕਿਹੜੇ ਕਿਹੜੇ ਲਫ਼ਜ਼ ਸਿੱਖ ਲਾ ਲੈਂਦੇ ਨੇ। ਸਿੱਖ ਅਤੇ ਕਾਮਰੇਡ ਦੇ ਵਿਵਾਦ ਨੇ ਪੰਜਾਬ ਦਾ ਬੇੜਾ ਗਰਕ ਕੀਤਾ, ਖਾਸ ਕਰਕੇ ਪੱਤਰਕਾਰ ਜਿਹੜੇ ਸਿੱਖ ਅਤੇ ਕਾਮਰੇਡ ਨੇ, ਲੇਖਕ ਜਿਹੜੇ ਸਿੱਖ ਅਤੇ ਕਾਮਰੇਡ ਨੇ। ਪੰਜਾਬ ਦੀਆਂ ਦੋਨੋਂ ਮੂਵਮੈਂਟ ਮੁਜਾਰਾ ਲਹਿਰ ਸਿੰਘ, ਤੇਜਾ ਸਿੰਘ ਸੁਤੰਤਰ ਵਰਗੀਆਂ ਰੂਹਾਂ 16 ਲੱਖ ਏਕੜ ਜ਼ਮੀਨ ਪੰਜਾਬ 'ਚ ਉਹਨਾਂ ਰਜਵਾੜਿਆਂ ਤੋਂ ਖਾਲੀ ਕਰਾਈ ਸੀ। ਇਸ ਦੌਰਾਨ ਜਿਹੜੇ 784 ਪਿੰਡ ਮਾਲਵੇ ਦੇ ਜਾਏ ਸੀ, ਜਿਨ੍ਹਾਂ 'ਚ ਸਿਰਫ 4 ਗੁਰਦੁਆਰੇ ਸੀ। ਈਵਨ ਤਖ਼ਤ ਤਲਵੰਡੀ ਸਾਬੋ ਵੀ ਜਦੋਂ ਬਣ ਲੱਗਿਆ ਤਾਂ ਪਟਿਆਲਾ ਸਟੇਟ ਨੇ ਉਹਦਾ ਵਿਰੋਧ ਕੀਤਾ। ਇਹ ਗੱਲ ਜਿਹੜੀ ਆ ਰਾਜ ਕਰੇਗਾ ਖਾਲਸਾ ਇੱਕ ਕਿਤਾਬ ਹੈ, ਉਸ ਦੇ ਵਿੱਚ ਸਰਦਾਰ ਕਪੂਰ ਸਿੰਘ ਵੀ ਕੋਟ ਕਰਦੇ ਨੇ। ਉਹ 5 ਤਖ਼ਤਾਂ ਨਹੀਂ 4 ਤਖ਼ਤਾਂ ਦੇ ਹੱਕ 'ਚ ਨੇ ਸਰਦਾਰ ਕਪੂਰ ਸਿੰਘ, ਜੋ ਸਿੱਖ ਪੰਥ ਦਾ ਰੌਸ਼ਨ ਦਿਮਾਗ ਨੇ। 5ਵੇਂ ਤਖ਼ਤ ਦਾ ਉਹਨਾਂ ਵੱਲੋਂ ਵੀ ਵਿਰੋਧ ਸੀ ਕਿ 4 ਧਾਮ 4 ਦਰਵਾਜ਼ੇ 4 ਤਖ਼ਤ, 5ਵਾਂ ਤਖ਼ਤ ਨਹੀਂ ਹੋਣਾ ਚਾਹੀਦਾ, ਕਿਉਂਕਿ 5ਵਾਂ ਤਖ਼ਤ ਪਟਿਆਲੇ ਦੇ ਰਾਜਿਆਂ ਦੀ ਹਿੱਕ 'ਤੇ ਬਣਨਾ ਸੀ ਤਲਵੰਡੀ ਸਾਬੋ। ਖੈਰ ਇਸ ਦੌਰਾਨ ਇਹ ਜਿਹੜਾ ਕਾਮਰੇਡ ਬਨਾਮ ਸਿੱਖ ਵਿਵਾਦ ਹੈ ਉਸਨੂੰ ਬੜੀ ਤੂਲ ਮਿਲੇਗੀ ਇਸ ਖਬਰ ਦੇ ਨਾਲ ਜੋ ਜੈਨੀਫਰ ਜੌਂਗ ਨੇ ਕਿਹਾ ਕਿ ਇਹ ਭਾਰਤ ਅਤੇ ਪੱਛਮ ਦੇ ਦਰਮਿਆਨ ਨਫ਼ਰਤ ਵਧਾਉਣ ਵਾਸਤੇ ਇਹ ਚੀਨ ਦੀ ਸ਼ਰਾਰਤ ਹੈ, ਕਾਮਰੇਡਾਂ ਦੀ ਸ਼ਰਾਰਤ ਹੈ। ਜੀ ਗੱਲ ਸਾਹਿਬ ਅਤੇ ਨਿਊਜ਼ ਕਲਿੱਕ ਵਾਲਾ ਮਾਮਲਾ, ਅਸਲ ਜਿਹੜੀ ਸਥਿਤੀ ਹੈ ਨਾ, ਇਹਨਾਂ ਸਮਿਆਂ ਨਾਲ ਹੀ ਆਇਆ ਸਮਾਂ ਅਨੋਖਾ, ਬੋਲਣਾ ਲਿਖਣਾ ਬਣ ਗਿਆ ਸ਼ਬਦਾਂ ਦੇ ਨਾਲ ਧੋਖਾ। ਮਤਲਬ ਕਿ ਇਹ ਆਪਣੀਆਂ ਲੋਕਾਂ ਦੀਆਂ ਕਿਆਸਕਾਰੀਆਂ ਨੇ। ਮੈਂ ਤਾਂ ਨਿੱਜਰ ਬਾਰੇ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਹੈਗਾ ਕਿ ਜੇ ਕੈਨੇਡੀਅਨ ਗੌਰਮੈਂਟ ਨੂੰ, ਜਿਵੇਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਬੋਲ ਰਹੇ ਹਾਊਸ ਆਫ ਕਾਮਨ ਵਿੱਚ, ਜੋ ਕਹਿੰਦੇ ਵੀ ਸਾਨੂੰ ਕੁਛ ਸਿਗਨਲਸ ਮਿਲ ਰਹੇ ਸੀ ਕਿ ਇਹਦੀ ਲਾਈਫ ਨੂੰ ਥਰੈਟ ਹੈਗੀ ਆ, ਜਿਸ ਤਰ੍ਹਾਂ ਦੱਸਿਆ ਵੀ ਜਾ ਰਿਹਾ ਕਿ ਉਹਨੂੰ ਇੰਟੈਲੀਜੈਂਸ ਨੇ ਵਾਰਨ ਵੀ ਕੀਤਾ ਕਈ ਵਾਰੀ ਪਹਿਲੇ, ਤਾਂ ਫਿਰ ਇਹਨਾਂ ਨੂੰ ਜੇ ਪਤਾ ਸੀ ਵੀ ਇਹ ਥਰੈਟ ਕ੍ਰੈਡੀਬਲ ਹੈਗੀ ਆ, ਤਾਂ ਇਹਨਾਂ ਨੇ ਆਪਣੇ ਨਾਗਰਿਕ ਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਕੈਨੇਡੀਅਨ ਗੌਰਮੈਂਟ? ਮੈਂ ਤਾਂ ਮੰਨਦਾ ਵੀ ਇਹ ਕੈਨੇਡੀਅਨ ਗੌਰਮੈਂਟ ਦਾ ਫੇਲੀਅਰ ਆ, ਰੈਦਰ ਕਿ ਕਿਸੇ ਨੂੰ ਬਲੇਮ ਕਰਨਾ ਜਾਂ ਐਡੀ ਵੱਡੀ ਗੱਲ ਬਣਾਉਣੀ, ਉਹਦੇ ਲਈ ਪਹਿਲੇ ਇਹਨਾਂ ਨੂੰ ਆਪਣੀ ਮੋਰਲ ਰਿਸਪੋਂਸੀਬਿਲਟੀ ਕਬੂਲਣੀ ਪਊਗੀ ਵੀ ਅਸੀਂ ਵੀ ਆਰ ਫੇਲ ਟੂ ਪ੍ਰੋਟੈਕਟ ਅਵਰ ਓਨ ਸਿਟੀਜ਼ਨ। ਜਿਹਨਾਂ ਨੂੰ ਪਤਾ ਸੀ ਤਾਂ ਉਹਨੂੰ ਪ੍ਰੋਟੈਕਸ਼ਨ ਕਿਉਂ ਨਹੀਂ ਦਿੱਤੀ? ਇਹਨਾਂ ਨੇ ਤਾਂ ਮਤਲਬ ਕਿ ਦੇ ਵਾਰ ਕਲਾਈਡਿੰਗ ਕਿ ਇਹਦੀ ਹੱਤਿਆ ਹੋ ਜਾਏ, ਇਹ ਵੀ ਤਾਂ ਸਵਾਲ ਹੈਗਾ ਨਾ। ਪਰ ਮੇਰੇ ਸੈਕਿੰਡ ਮਤਲਬ ਕਿ ਐਂਗਲ, ਮੈਂ ਇਹਦੇ ਬਾਰੇ ਕਾਫੀ ਸੋਚਿਆ ਵੀ ਜੇ ਇਹਨਾਂ ਦੇ ਕਹਿ ਰਹੇ ਨੇ, ਜਿਵੇਂ ਜਗਮੀਤ ਸਿੰਘ ਉਹਨਾਂ ਦਾ NDP ਦਾ ਲੀਡਰ ਵੀ ਬੋਲ ਰਿਹਾ ਕਿ ਮੈਨੂੰ ਕ੍ਰੈਡੀਬਲ ਐਵੀਡੈਂਸ ਦਿੱਤਾ ਹੈਗਾ ਇੰਟੈਲੀਜੈਂਸ ਨੇ ਵੀ ਹਾਂ ਇਹਦੇ 'ਚ ਬਾਹਰਲੇ ਬੰਦੇ ਇਨਵੋਲਵ ਨੇ, ਸਾਨੂੰ ਪਹਿਲੇ ਪਤਾ ਸੀ, ਅਸੀਂ ਉਹਨਾਂ ਨੂੰ ਵਾਰਨ ਵੀ ਕੀਤਾ ਸੀ ਹਰਦੀਪ ਸਿੰਘ ਨਿੱਜਰ ਨੂੰ ਇਸ ਬਾਰੇ, ਅਤੇ ਜੇ ਵਾਰਨ ਕੀਤਾ ਸੀ ਤਾਂ ਫਿਰ ਉਹ 'ਤੇ ਸਰਵੇਲੈਂਸ ਕਿਉਂ ਨਹੀਂ ਰੱਖੀ ਗਈ? ਉਹਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ ਆਪਣੇ ਸਿਟੀਜ਼ਨ ਨੂੰ? ਜੇ ਤੁਹਾਡੇ ਸਿਟੀਜ਼ਨ ਨੂੰ ਕੋਈ ਮਾਰਨ ਦੀ ਗੱਲ ਕਰ ਰਿਹਾ, ਤੁਹਾਨੂੰ ਉਹਦਾ ਪਤਾ ਲੱਗ ਗਿਆ, ਤਾਂ ਫਿਰ ਫੇਲੀਅਰ ਕਿਹਦਾ ਹੈ? ਮੇਰਾ ਖਿਆਲ ਤਾਂ ਸਟੇਟ ਅਪਰੈਟਸ ਦਾ ਫੇਲੀਅਰ। ਤਾਂ ਜਿਹੜੇ ਹੁਣ ਉੱਥੇ ਹੈਗੇ 20 ਆਪਣੇ ਮੈਂਬਰ ਪਾਰਲੀਮੈਂਟ, ਉਹਨਾਂ ਨੂੰ ਸਵਾਲ ਪੁੱਛਣਾ ਚਾਹੀਦਾ ਹੈ, ਜਗਮੀਤ ਉਹਨਾਂ ਤੋਂ ਹੀ ਪੁੱਛਣਾ ਚਾਹੀਦਾ ਕਿ ਉਹਨਾਂ ਦੀ ਸਪੋਰਟ ਕਰਤਾ ਗਵਰਨਮੈਂਟ ਹੈਗੀ ਜੀ। ਇਹ ਗੱਲਾਂ ਮਤਲਬ ਕਿ ਜੇ ਐ ਤੁਸੀਂ ਤਾਂ ਹੀ ਤਾਂ ਉਸ ਬਾਰੇ ਕਿਆਸਕਾਰੀ ਹੋ ਰਹੀ ਹੈ, ਤਾਂ ਹੀ ਮੈਂ ਕਹਿੰਦਾ ਨਾ ਵੀ ਸ਼ਬਦਾਂ ਦੇ ਨਾਲ ਧੋਖਾ ਹੋ ਰਿਹਾ, ਗੱਲਾਂ ਨੂੰ ਮਰੋੜਿਆ ਜਾ ਰਿਹਾ ਹੈਗਾ, ਜਿਹੜਾ ਕਿ ਇਹਨੂੰ ਅਦਰ ਵਰਸ਼ਨ ਦਿੱਤੇ ਜਾ ਰਹੇ, ਜਿਹੜਾ ਐਗਜੈਕਟ ਵਰਸ਼ਨ ਆ ਵੀ ਜੇ ਗਵਰਨਮੈਂਟ ਨੂੰ ਪਤਾ ਲੱਗ ਗਿਆ ਕਿ ਸਾਡੇ ਸਿਟੀਜ਼ਨ ਨੂੰ, ਉਹਦੀ ਲਾਈਫ ਨੂੰ ਥਰੈਟ ਆ, ਤਾਂ ਫਿਰ ਉਹਨੂੰ ਪ੍ਰੋਟੈਕਟ ਕਿਉਂ ਨਹੀਂ ਕੀਤਾ ਗਿਆ? ਇਸ ਸਟੇਟਮੈਂਟ ਦਾ ਜਿਹੜਾ ਨੈਗੇਟਿਵ ਪੋਜ਼ਿਟਿਵ ਕਿਸੇ ਵੀ ਤਰ੍ਹਾਂ ਦਾ ਅਸਰ ਕਹਿ ਲਓ ਬਹੁਤ ਜਾਏਗਾ ਹੇਠਲੇ ਹਲਕਿਆਂ ਤੱਕ। ਉਹੀ ਕਾਮਰੇਡ ਬਨਾਮ ਸਿੱਖ, ਇਹ 84 ਜਾਂ ਉਸ ਤੋਂ ਪਹਿਲਾਂ ਪਿੱਛੋਂ ਵੀ ਹੁੰਦਾ ਆਇਆ, ਜਦੋਂ ਨੈਕਸਲ ਮੂਵਮੈਂਟ ਸੀ ਉਦੋਂ ਬਾਬਾ ਬੂਝੇ ਸਿੰਘ ਬਾਬਾ ਬੂਝੇ ਜਿਹਾ ਬੋਰਡ ਜਿਹਨਾਂ ਵੱਢਿਆ ਅਤੇ ਨੰਨੀ ਛਾਂ ਦੇ ਰੁੱਖ ਵੰਡਦੇ,
ਇਹ ਜਾਣੀ ਮਤਭੇਦ ਵਿਚਾਰਕ ਤੌਰ 'ਤੇ ਆਜ਼ਾਦੀ ਦੀ ਲਹਿਰ ਸੀ, ਗਦਰੀ ਬਾਬਿਆਂ ਸੀ, ਸਰਦਾਰ ਭਗਤ ਸਿੰਘ ਅਤੇ ਸਾਹਿਬ ਜਿਹੜੇ ਨੇ ਅਖੰਡ ਕੀਰਤਨੀ ਜਥੇ ਦੇ ਉੱਘੀ ਰੂਹ ਭਾਈ ਰਣਧੀਰ ਸਿੰਘ ਦੇ ਦਰਮਿਆਨ ਵੀ ਇਹ ਸੀ। ਧਰਮ ਨੂੰ ਲੈ ਕੇ ਵਾਦ ਵਿਵਾਦ, ਨਾਸਤਿਕਤਾ ਆਸਤਿਕਤਾ ਹੁੰਦੀ ਆਈ ਹੈ, ਪਰ ਇਹ ਜਦੋਂ ਇਸ ਤਰ੍ਹਾਂ ਘਨੌਣੇ ਰੂਪ 'ਚ ਕਿਸੇ ਸੰਸਥਾ ਦੇ ਵਿੱਚ ਜਾਂ ਸਮਾਜ 'ਚ ਵੜਦੀ ਹੈ ਉਹ ਬਹੁਤ ਘਾਤਕ ਹੈ। ਇਹ ਦੋਨੇ ਤਰ੍ਹਾਂ ਦਾ ਖੂਨ ਪੀਣ ਦੇ ਸਿਲਸਿਲਿਆਂ ਚੱਲਦੇ ਨੇ ਅਤੇ ਇਹ ਜਿਹੜਾ ਅਮੈਰੀਕਾ ਤੋਂ ਸ਼ੁਰੂਆਤ ਹੋਈ ਹੈ, ਸ਼ਾਇਦ ਉਮੀਦ ਕਰਦੇ ਹਾਂ ਗਿੱਲ ਸਾਹਿਬ ਕਿ ਪੰਜਾਬ ਦਾ ਮੀਡੀਆ ਵੀ ਇਸ ਬਾਰੇ ਸੁਚੇਤ ਹੋਵੇ, ਕਿਉਂਕਿ ਇਹ ਸੇਹ ਦਾ ਤਕਲਾ ਜੋ ਗੱਡਿਆ ਗਿਆ ਜੈਨੀਫਰ ਵੱਲੋਂ ਕਿ ਨਿੱਜਰ ਦੀ ਹੱਤਿਆ ਸੀ ਪੀ ਸੀ ਨੇ, ਕਾਮਰੇਡਾਂ ਨੇ ਕਰਾਈ ਹੈ, ਇਹਦਾ ਕਿਤੇ ਆਮ ਹਲਕਿਆਂ ਦੇ ਵਿੱਚ ਮੇਰੇ ਖਿਆਲ ਨੁਕਸਾਨਦਾਇਕ ਅਸਰ ਜਾਏਗਾ। ਡਿਪੈਂਡ ਕਰਦਾ ਕਿ ਕ੍ਰੈਡੀਬਿਲਿਟੀ ਕੀ ਹੈਗੀ ਹੈ, ਪੰਜਾਬ ਦੀ ਕ੍ਰੈਡੀਬਿਲਿਟੀ ਕੀ ਹੈ। ਮੈਂ ਤਾਂ ਜਿਹੜਾ ਐਂਗਲ ਤੁਹਾਨੂੰ, ਮੈਂ ਤਾਂ ਫੈਕਚੁਅਲ ਤੁਹਾਨੂੰ ਗੱਲ ਦੱਸ ਰਿਹਾ, ਜੇ ਕਿਸੇ ਨੂੰ ਪਤਾ ਸਾਡੇ ਨਾਗਰਿਕ ਨੂੰ ਖਤਰਾ ਹੈਗਾ ਤਾਂ ਉਹਨੂੰ ਪ੍ਰੋਟੈਕਟ ਕਿਉਂ? ਬਿਲਕੁਲ, ਇਹਦੀ ਮੋਰਲ ਰਿਸਪੋਂਸਿਬਿਲਿਟੀ ਕੌਣ ਲਊਗੀ? ਕੈਨੇਡੀਅਨ ਗਵਰਨਮੈਂਟ ਲਊਗੀ? ਇੱਥੇ ਤਾਂ ਅੱਜ ਦਰਿਆਵਾਂ ਵਿੱਚ ਲਹਿਰਾਂ ਨੇ, ਜੋ ਦਿਸ ਰਹੀਆਂ ਹਨ ਇਹ ਤਿਉੜੀਆਂ ਨੇ। ਬਿਲਕੁਲ, ਇਹ ਚੀਜ਼ਾਂ ਤਾਂ ਆਪਾਂ ਨੂੰ ਜਿਹੜਾ ਦਰਸਾਇਆ ਜਾ ਰਿਹਾ ਉਹ ਹੈ ਨਹੀਂ ਗਾ। ਤੁਹਾਡਾ ਫਲੋਰ ਆਫ ਦੀ ਹਾਊਸ ਦੇ ਪ੍ਰਾਈਮ ਮਿਨਿਸਟਰ ਇੱਕ ਸਟੇਟਮੈਂਟ ਦੇ ਰਿਹਾ ਕਿ ਸਾਡੇ ਕੋਲ ਐਵੀਡੈਂਸ ਹੈਗਾ, ਨਹੀਂ ਭਾਵੇਂ ਉਹ ਕ੍ਰੈਡੀਬਲ ਆ ਜਾਂ ਕੀ ਹੈਗਾ ਵੀ ਹਾਂ ਇਹਦੀ ਡੈਥ ਵਿੱਚ ਮਤਲਬ ਕਿਸੇ ਬਾਹਰਲੇ ਏਜੰਟ ਦਾ ਹੱਥ ਆ, ਉਸ ਬਾਰੇ ਇਹ ਵੀ ਖਬਰ ਨਾਲ ਆ ਰਹੀ ਆ ਜਿਹੜੀ ਉਹਨਾਂ ਦੀ ਰਿਪੋਰਟਿੰਗ ਹੋ ਰਹੀ ਆ ਵੀ ਉਸ ਬਾਰੇ ਇੰਟੈਲੀਜੈਂਸ ਲਗਾਤਾਰ ਨਿੱਜਰ ਨੂੰ ਵਾਰਨ ਕਰ ਰਹੀ ਸੀ, ਇਸ ਬਾਰੇ ਵਾਰਨ ਕਰ ਰਹੀ ਸੀ, ਉਹਦੇ ਨਾਲ ਉਹਦਾ ਕਿਉਂ ਪ੍ਰੋਟੈਕਸ਼ਨ ਕਿਉਂ ਨਹੀਂ ਦਿੱਤੀ ਗਈ? ਉਹ ਤਾਂ ਹੁਣ ਵੀ ਜਿਹੜੇ ਨਿੱਜਰ ਸਾਹਿਬ ਤੋਂ ਸੈਕਿੰਡ ਦੇ ਮਿਸਟਰ ਦਿਓਲ ਨੇ ਜਿਹੜੇ ਹੁਣ ਉੱਥੇ ਨੇ, ਉਹਨਾਂ ਨੂੰ ਵੀ ਮਤਲਬ ਦੱਸਦੇ ਆ ਕਿ ਉਹਨਾਂ ਨੂੰ ਆ ਕੇ ਕਿਹਾ ਜਾਂਦਾ ਕਿ ਸਤਰਕ ਰਹੋ, ਤੁਸੀਂ ਅਜਿਹਾ ਕੀ ਕਰਦੇ ਹੋ ਕਿ ਲੋਕ ਤੁਹਾਨੂੰ ਇਸ ਤਰ੍ਹਾਂ ਹੇਟ ਕਰਦੇ ਨੇ। ਉਹਨਾਂ ਨੂੰ ਵੀ ਵਾਰਨ ਹੈ ਜਿਹੜੀਆਂ ਰਾਇਲ ਕੈਨੇਡੀਅਨ ਪੁਲਿਸ ਜਾਂ ਹੋਰ ਏਜੰਸੀਜ਼ ਕਰਦੀਆਂ ਨੇ ਅਤੇ ਭਾਰਤ ਨਿਊਜ਼ ਕਲਿੱਕ ਜੀ ਜੀ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਚਾਹੀਦੀ ਪੁਲਿਸ ਦੀ, ਕਾਹਦੇ ਲਈ ਪੁਲਿਸ ਹੈ ਕਾਹਦੇ ਲਈ? ਜੇ ਮੇਰੇ ਤੇ ਥਰੈਟਸ ਆਈਆਂ ਜਾਂ ਕੁਛ ਆਈਆਂ ਤਾਂ ਮੈਨੂੰ ਪ੍ਰੋਟੈਕਸ਼ਨ ਦਿੱਤੀ ਗਈ ਹੈ, ਇਹ ਤਾਂ ਬਟ ਨੈਚੁਰਲ ਆ ਸਟੇਟ ਦਾ, ਬਿਲਕੁਲ ਬਣਦਾ ਹੈ, ਫਰਜ਼ ਹੈ। ਇਹ ਤੁਸੀਂ ਕਿਸ ਤਰ੍ਹਾਂ ਕਹਿ, ਮੈਂ ਤਾਂ ਇਸ ਸਥਿਤੀ ਚੋਂ ਲੰਘ ਰਿਹਾ ਨਾ, ਤਾਂ ਮੈਂ ਦੱਸ ਰਿਹਾ ਤੁਹਾਨੂੰ, ਮੈਂ ਬਿਲਕੁਲ ਗੱਲ ਦੱਸ ਰਿਹਾ। ਹਾਂ ਉਹਦੇ 'ਚ ਦੇਖੋ ਤੁਹਾਡੇ ਜਿਹੜੇ ਕਿੰਨੇ ਹਮਖਿਆਲ ਲੋਕ ਨੇ ਉਹਨਾਂ ਦੇ ਸੈਂਟੀਮੈਂਟ ਨੂੰ ਸੱਟ ਵੱਜਦੀ ਆ ਅਗਰ ਕਿਸੇ ਨੂੰ ਵੀ ਵਿਅਕਤੀ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਹੀ ਆ, ਸ਼ਿਪਸ ਇਹਨਾਂ ਨੂੰ ਜਾਂ ਕਿੰਨਿਆਂ ਨੂੰ ਮਿਲ ਰਹੀ ਹੈ। ਥੋੜ੍ਹਾ ਜਿਹਾ ਹੁਣ ਇੰਡੀਅਨ ਮੀਡੀਆ ਵੱਲ ਨੂੰ ਆ ਗਏ, ਨਿਊਜ਼ ਕਲਿੱਕ 'ਤੇ ਵੀ ਇੰਡੀਆ ਗਵਰਨਮੈਂਟ ਵੱਲੋਂ ਇਹ ਦੋਸ਼ ਨੇ ਕਿ ਇਹਨਾਂ ਨੂੰ ਚੀਨ ਸਪੋਰਟ ਕਰਦਾ, ਇੱਕ ਅਮੈਰੀਕਨ ਜਿਹੜਾ ਬਿਜ਼ਨਸਮੈਨ ਹੈ ਉਹ ਇਹਨਾਂ ਨੂੰ ਫੰਡਿੰਗ ਕਰਦਾ, ਨਿਊਜ਼ ਕਲਿੱਕ ਦਾ ਮਾਮਲਾ ਭਾਰਤ ਸਰਕਾਰ ਬਨਾਮ ਭਾਰਤੀ ਮੀਡੀਆ, ਕਿੱਦਾਂ ਵੇਖਦੇ ਹੋ ਗਿੱਲ ਸਾਹਿਬ? ਇੱਕੋ ਇੱਕ ਮਾਮਲਾ ਹੈਗਾ ਜਿਹਦੇ 'ਤੇ ਚਾਰਜਿਸ ਟੈਰਰਿਜ਼ਮ ਦੇ ਲੱਗੇ ਆ ਅਤੇ ਉਹਨਾਂ ਨੇ ਕੋਈ ਟੈਰਰਿਜ਼ਮ ਵਾਲੀ ਹਰਕਤ ਕੀਤੀ ਨਹੀਂ ਹੈਗੀ ਜੀ। ਇਹ ਕਿਸ ਤਰ੍ਹਾਂ ਦਾ ਲਾਅ ਹੈਗਾ? ਇਸ ਮੈਂ ਇਸੇ 'ਤੇ ਅੱਜ ਆਰਟੀਕਲ ਲਿਖਿਆ ਗਿਆ ਨਿਊਜ਼ ਕਲਿੱਕ 'ਤੇ ਵੀ, ਜਿਹੜੀ ਬੰਦਿਆਂ ਦੇ ਅੱਜ ਤੱਕ ਉਹਨੂੰ ਪਹਿਲੇ ਵੀ ਉਹਨਾਂ 'ਤੇ ਮਨੀ ਲਾਂਡਰਿੰਗ ਦੇ ਚੈੱਕ ਹੋਏ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਈ ਸਾਲ ਪਹਿਲੇ, ਤਾਂ ਉਦੋਂ ਵੀ ਕੋਈ ਐਵੀਡੈਂਸ ਨਹੀਂ ਸੀ ਲੱਭਿਆ। ਹੁਣ ਵੀ ਜਿਹੜੀ ਐਫ ਆਈ ਆਰ ਦੇ ਵਿੱਚ ਲਾਈ ਗਈ ਆ ਧਾਰਾ UAPA ਕਿ ਇਹਨਾਂ ਨੂੰ ਫੋਰਨ ਫੰਡਿੰਗ ਹੋਈ ਹੈਗੀ ਆ, ਉਹ ਫੋਰਨ ਫੰਡਿੰਗ ਜਿਹਨੇ ਕੀਤੀ ਉਹ ਹੈ ਅਮੈਰੀਕਨ ਸਿਟੀਜ਼ਨ ਆ, ਪਰ ਉਹ ਕਮਿਊਨਿਸਟ ਪਾਰਟੀ ਨੂੰ ਪਸੰਦ ਕਰਦਾ ਹੈਗਾ ਚਾਈਨਾ ਦੇ, ਹੈ ਵੀ ਉਹ ਇੰਡੀਅਨ ਨੈਸ਼ਨਲ ਹੈ ਵੀ ਨਹੀਂ ਗਾ ਬੰਦਾ, ਉਹ ਵੈਸੀ ਫਿਲੈਂਥ੍ਰੋਪੀ ਦੇ ਕੰਮ ਬਹੁਤ ਕਰਦਾ, ਭਲੇ ਦੇ ਕੰਮਾਂ ਲਈ ਪੈਸੇ ਦਿੰਦਾ ਹੈਗਾ, ਅਤੇ ਉਹਨੇ ਪੈਸੇ ਦਿੱਤੇ ਆ ਤਾਂ ਇਹਦਾ ਨਿਊਯਾਰਕ ਟਾਈਮਸ ਜਿੱਥੋਂ ਇਹ ਸਾਰੀ ਖਬਰ ਚੱਲੀ ਹੈਗੀ ਆ, ਉਹਨਾਂ 'ਤੇ ਵੀ ਬਹੁਤ ਵੱਡੇ ਸਵਾਲ ਉੱਠੇ ਹੈਗੇ ਟਾਈਮਸ ਕੇਅਰ 'ਚੋਂ ਖੜ੍ਹ ਕੇ ਲੋਕਾਂ ਨੇ, ਉਹਨਾਂ ਦੇ ਦਫ਼ਤਰ ਅੱਗੇ ਜਾ ਕੇ ਅਮੈਰੀਕਾ ਨੇ ਹੀ ਵਿਰੋਧ ਕੀਤਾ ਵੀ ਤੁਸੀਂ ਮਿਸਲੀਡਿੰਗ ਸਟੇਟਮੈਂਟਸ ਦੇ ਰਹੇ ਹੈਗੇ ਇੱਥੋਂ, ਪਰ ਉਹਦੇ 'ਚ ਨਿਊਯਾਰਕ ਟਾਈਮ ਦੀ ਮੈਂ ਸਾਰੀ ਉਹ ਰਿਪੋਰਟ ਪੜ੍ਹੀ ਆ, ਉਹਦੇ ਵਿੱਚ ਕਿਤੇ ਤਾਂ ਲਿਖਿਆ ਨਹੀਂ ਵੀ ਇਹਨਾਂ ਨੇ ਕਦੀ ਕੋਈ ਚਾਈਨੀ ਪੱਖੀ ਕੋਈ ਆਰਟੀਕਲ ਲਿਖਿਆ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ, ਇਹਨਾਂ ਨੇ ਕਦੀ ਕੋਈ ਲੇਖ ਲਿਖਿਆ ਹੋਵੇ ਜਿਹਦੇ 'ਚ ਕੋਈ ਫੇਵਰ ਕਰ ਰਹੇ ਹੋਣੇ ਚਾਈਨੀਜ਼ ਨੂੰ। ਫਿਰ ਚਾਈਨੀਜ਼ ਨਾਲ ਤਾਂ ਇੱਥੋਂ ਦੇ ਨਾਮੀ ਜਿਹੜੇ ਇੰਡੀਆ ਦੇ ਟੌਪ ਦੇ ਇੰਡਸਟਰੀਅਲਿਸਟ ਨੇ ਜਾਂ ਮਲਟੀਨੈਸ਼ਨਲ ਕੰਪਨੀ ਦੇ ਚੇਅਰਮੈਨ ਨੇ, ਅਤੇ ਉਹਨਾਂ ਦੇ ਵੀ ਤਾਂ ਚਾਈਨੀਜ਼ ਲਿੰਕਸ ਨੇ ਫਿਰ। ਹਾਂ ਬਿਲਕੁਲ, ਅਡਾਨੀਆਂ ਦੇ ਕਾਰਪੋਰੇਟ ਦੇ ਵਿੱਚ ਹੈ ਨਾ ਲੋਕ, ਇੱਥੇ ਬਹੁਤ ਬੰਦੇ ਨੇ ਜਿਹੜੇ ਚਾਈਨਾ ਨਾਲ ਸਿੱਧਾ ਵਪਾਰ ਵੀ ਕਰਦੇ ਨੇ। ਫਿਰ ਇਹ ਕੋਈ ਗੈਰ ਕਾਨੂੰਨੀ ਤਾਂ ਹੈ ਨਹੀਂ ਚਾਈਨੀਜ਼ ਦੇ ਨਾਲ, ਜੇ ਤੁਸੀਂ ਕੋਈ ਚਲੋ ਜੇ ਤੁਹਾਨੂੰ ਕਿਸੇ ਨੇ ਪੈਸੇ ਦਿੱਤੇ ਉਹਦੇ ਚਾਈਨਾ ਦੇ ਨਾਲ ਕਨੈਕਸ਼ਨਸ ਨੇ, ਮਤਲਬ ਇਹ ਤਾਂ ਨਹੀਂ ਕਿ ਨਿਊਜ਼ ਕਲਿੱਕ ਦੇ ਚਾਈਨਾ ਇਸ ਨਾਲ ਕਨੈਕਸ਼ਨ ਨੇ,
देख लो किन्ने सालों तो भीमे कोरेगोन केस चल रहा है, बेचारे प्रोफेसर फसाए हुए ने, साईं बाबा अर्गे बेचारे 90% पैरालाइज है, पैरालिसिस होया हुआ, उन्होंने लाइफ टर्म दी हुई है। जो उन्होंने पहले हाई कोर्ट ने छड़ता सी तां इन्होंने सैटरडे स्पैशल कोर्ट की हेयरिंग की गई सुप्रीम कोर्ट ताकि उहदा केस जिहड़ा ओवरटर्न किया जाए। बिलकुल वैबसाइट wanareadio.com के जरिए भी सुन सकते हो। सोमवार तो शनिवार सवेरे 6:30 to 8:30 रेडियो से अपन लाइव होने अपनी वैबसाइट wanareadio.com से। इन प्रोग्रामों के रेडियो से वीडियो के लिंक तुम अपने यूट्यूब तो या फेसबुक तो लै सकते हो, वट्सअप ग्रुप न जुड़ सकते हो 9876306955 अपना वट्सअप ग्रुप नंबर है इंडिया स्टूडियो का, जिथे तुम कॉल भी कर सकते हो। गिल साहब देखो सिक्योरिटी की गल की, जवान फिल्म शाहरुख की सी, उस तो बाद उन्होंने थ्रैट आया, उन्होंने भी वाई प्लस सिक्योरिटी लानी पई है। सो इस तरह का की हो जाता गैंगस्टर ने जोड़े वो किस तरह दारू कार्रवाई कर रहे हैं, थोड़े तो कि वारी अटैक धमकियां आ रही ने, जोड़ा बोलता तो उ जड़ा खड़कदा तो उड़कदा। इस दौरान सुखपाल सिंह खहरा तो पंजाब सरकार विवाद से, अज इस मामले पंजाब सरकार को नमोशी हुई, जोड़े कहें हफ्ते का समा दो, जज साहब कहते नहीं डेली सुनवाई होएगी फास्ट ट्रैक पर। वड्डा झटका लग्या पंजाब सरकार को, तो झटका उन्होंने पुत्रां भी लग रहा, लखां की तादाद अद्धा करोड़ पंजाबी बेरोज़गार ने, वादे सारिया ने किते, दावे सारिया ने किते, तो दवानी बेरोज़गार भत्ते की कोई भी नहीं दे रहा। ਇਹਨਾਂ ਪਹਿਲੇ 79 ਤੋਂ ਹੀ ਵਰਤਾਰਾ ਚੱਲ ਰਿਹਾ। ਪਹਿਲੇ ਜਿਹੜਾ ਗੌਰਮੈਂਟ ਆਫ ਜਿਹੜੀ ਹੁਣ ਪ੍ਰੈਜੈਂਟ ਗੌਰਮੈਂਟ ਹੈ, ਇਹਨਾਂ ਨੇ ਆਪਣੇ ਗਰੰਟੀਜ਼ ਦੇ ਵਿੱਚ ਇਹ ਗਰੰਟੀ ਦਿੱਤੀ ਸੀ, ਜਿਹਨੂੰ ਕਹਿੰਦੇ ਆ ਸਾਡੇ ਵਾਅਦੇ ਸੀ ਅਸੀਂ ਪੂਰੇ ਕਰਨੇ, ਕਿ ਅਸੀਂ ਜਿੰਨੇ ਬੇਰੁਜ਼ਗਾਰ ਹੈਗੇ ਆ ਅਸੀਂ ਉਹਨਾਂ ਨੂੰ 2500 ਰੁਪਇਆ ਮਹੀਨਾ ਦੇਵਾਂਗੇ। ਜਿਹੜਾ ਪਹਿਲੇ ਭੱਤਾ ਪੁਰਾਣੀ ਜਿਹੜੀ ਕਾਂਗਰਸ ਸਰਕਾਰ ਆ ਉਹ ਉਹਨਾਂ ਨੇ ਤਾਂ ਇੱਕ ਮਜ਼ਾਕ ਕੀਤਾ ਸੀ ਵੀ ਜਿਹੜਾ ਮੈਟ੍ਰਿਕ ਪਾਸ ਆ ਉਹਨੂੰ ਅਸੀਂ 150 ਰੁਪਇਆ ਦੇਵਾਂਗੇ ਪ੍ਰਤੀ ਮਹੀਨਾ, ਅਤੇ ਜਿਹੜਾ ਹੈਗਾ ਗ੍ਰੈਜੂਏਟ ਆ ਉਹਨੂੰ ਅਸੀਂ 200 ਰੁਪਇਆ ਦੇਵਾਂਗੇ ਘੱਟੋ ਘੱਟ। ਇਹਨਾਂ ਨੇ ਵਾਅਦਾ ਤਾਂ ਵੱਡਾ ਕੀਤਾ ਵੀ ਚਲੋ ਅਸੀਂ 2500 ਰੁਪਇਆ ਦੇਵਾਂਗੇ, ਪਰ ਉਹ ਦਿੱਤਾ ਤਾਂ ਇੱਕ ਪੈਸਾ ਵੀ ਹੈ ਨਹੀਂ ਗਾ। ਅਤੇ ਨਾਲੇ ਜਿਹੜੀ ਇਹ ਨੰਬਰ ਦੱਸ ਰਿਹਾ ਇਹਨਾਂ ਦਾ ਇੰਪਲੋਇਮੈਂਟ ਦੀ ਜਿਹੜੀ ਡਿਪਾਰਟਮੈਂਟ ਆ ਉਹ ਕਹਿ ਰਿਹਾ ਕਿ 188,000 ਅਨਇੰਪਲੋਇਡ ਨੇ ਪੰਜਾਬ 'ਚ ਜਿਹੜੇ ਇਹਨਾਂ ਕੋਲ ਰਜਿਸਟਰਡ ਨੇ, ਪਰ ਜੇ ਜਿਹੜਾ ਡਾਟਾ ਅਨਆਫਿਸ਼ੀਅਲ ਡਾਟਾ ਉਹਦੇ ਮੁਤਾਬਕ ਮੋਰ ਦੈਨ 50 lakh, ਮਤਲਬ ਕਿ ਅੱਧਾ ਕਰੋੜ ਤੁਸੀਂ ਲਾ ਲਓ ਕਿ 5 million ਜਿਹੜੇ ਪੀਪਲ ਆ ਜਿਹੜੇ ਯੂਥ ਆ ਬਿਟਵੀਨ ਦੀ ਏਜ ਆਫ 18 to 40 ਸਾਰੇ ਬੇਰੁਜ਼ਗਾਰ ਨੇ, ਅਤੇ ਉਹਨਾਂ ਨੂੰ ਕਿਸੇ ਨੂੰ ਵੀ ਬੇਰੁਜ਼ਗਾਰੀ ਦਾ ਭੱਤਾ ਨਹੀਂ ਮਿਲ ਰਿਹਾ ਹੈਗਾ ਜਿਹੜਾ ਕਿ ਵਾਅਦਾ ਕੀਤਾ ਸੀ ਇਹਨਾਂ ਨੇ। ਉਹ ਕਿਉਂਕਿ ਇੱਕ ਕਲੋਜ਼ ਹੈਗੀ 1979 ਦੀ ਵੀ ਜੇ ਪੰਜਾਬ 'ਚ ਬੇਰੁਜ਼ਗਾਰੀ ਭੱਤਾ ਕਿਸੇ ਨੂੰ ਦੇਣਾ ਤਾਂ ਉਸ ਫੈਮਿਲੀ ਦੀ ਇਨਕਮ ਜਿਹੜੀ ਆ ਸਾਲਾਨਾ 12,000 ਰੁਪਏ ਤੋਂ ਘੱਟ ਹੋਣੀ ਚਾਹੀਦੀ ਆ। ਜਦਕਿ ਆਪਣੇ ਹਰਿਆਣਾ ਅਤੇ ਜਿਹੜਾ ਰਾਜਸਥਾਨ ਸਟੇਟਸ ਨੇ ਇੰਡੀਆ ਦੀਆਂ ਉੱਥੇ ਬੇਰੁਜ਼ਗਾਰੀ ਭੱਤਾ ਮਿਲ ਰਿਹਾ ਹੈਗਾ, ਕਿ ਉਹਨਾਂ ਨੇ ਜਿਹੜੀ ਲਿਮਿਟ ਰੱਖੀ ਹੋਈ ਆ ਲੋਐਸਟ ਲਿਮਿਟ ਉਹ ਰੱਖੀ ਹੋਈ 3 lakh ਰੁਪਏ, ਜਿਹੜੇ ਪਰਿਵਾਰਾਂ ਦੀ ਆਮਦਨ 3 lakh ਰੁਪਏ ਤੋਂ ਮਤਲਬ ਕਿ ਘੱਟ ਹੈਗੀ ਆ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਮਿਲੂਗਾ। ਇਹ ਹੁਣ ਅਨੋਰਮਲੀ ਜਿਹੜੀ ਲਾਅ ਵਿੱਚ 79 ਦੇ ਵਿੱਚ ਹੈਗੀ ਆ ਉਹ ਨੈਚੁਰਲੀ ਉਹ ਬਣਦੀ ਵੀ ਹੈ ਨਹੀਂ ਅੱਜ ਦੇ ਝਾਂਜਾਨ ਨਾਲ, ਕਿਹੜੇ ਪਰਿਵਾਰ ਦੀ 12,000 ਕਿਹਦੀ ਨਹੀਂ ਹੈਗੀ ਇਨਕਮ। ਬਿਲਕੁਲ ਸਾਲ ਦੀ 12,000 ਤਾਂ ਇੱਕ ਕੋਝਾ ਮਜ਼ਾਕ ਹੈ, ਤੇ ਦੇਣੇ ਵੀ ਜਿਹੜੇ ਇਹਨਾਂ ਨੇ ਦੇਣੇ ਆ 2500 ਰੁਪਇਆ ਨਹੀਂ ਦੇਣੇ, ਮਤਲਬ ਕਿ ਕਲੈਰੀਫਾਈ ਤਾਂ ਕਰਨਾ ਇੱਕ ਐਕਚੁਅਲੀ ਦੇ ਵਿੱਚ ਪਹਿਲੇ ਐਕਚੁਅਲ ਫਿਗਰ ਤਾਂ ਮੰਨੋ ਨਾ ਵੀ 5 million ਜਿਹੜੇ ਉਹ ਅਨਪਲਾਈਡ। ਬਿਲਕੁਲ ਬੇਰੁਜ਼ਗਾਰ ਦੇਖੋ ਗਿੱਲ ਸਾਹਿਬ ਜਗ੍ਹਾ ਜਗ੍ਹਾ ਪ੍ਰਦਰਸ਼ਨ ਕਰ ਰਹੇ ਨੇ। ਤੁਸੀਂ ਕੋਟਾ ਦੇ ਇੰਟਲੈਕਚੁਅਲ ਸਟੂਡੈਂਟ ਦਾ ਮੁੱਦਾ ਉਠਾਇਆ ਸੀ ਕਿ ਸੁਸਾਈਡ ਰੇਟ ਉਹਨਾਂ ਬੌਧਿਕ ਵਿਦਿਆਰਥੀਆਂ ਦੇ ਵਿੱਚ ਕਿੰਨਾ ਆ, ਉਸ ਤੋਂ ਬਾਅਦ ਬੜੀਆਂ ਕੋਸ਼ਿਸ਼ਾਂ ਹੋਈਆਂ, ਕੌਂਸਲਰ ਲਾਏ ਗਏ, ਬੜਾ ਕੁਛ ਹੋਇਆ, ਇਹ ਹੁਣ ਸਟੂਡੈਂਟ ਬਨਾਮ ਸੁਸਾਈਡ ਦਾ ਮੁੱਦਾ। ਹਾਲਾਂਕਿ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਕਿ ਮਾਰਚ ਤੋਂ ਸਤੰਬਰ ਅਕਤੂਬਰ ਤੱਕ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦੀ ਰੁੱਤ ਹੈ, ਪਰ ਫਿਰ ਵੀ ਇਹ ਚੀਜ਼ਾਂ ਨਹੀਂ ਰੁਕ ਰਹੀਆਂ। ਸਰਕਾਰ ਤਾਂ ਦਾਅਵਾ ਕਰਦੀ ਸੀ ਕਿ ਨਾ ਗਲ 'ਚ ਪਰਨਾ ਹੋਊ ਨਾ ਕਿਤੇ ਧਰਨਾ ਹੋਊ, 6-6 ਮਹੀਨੇ ਤੋਂ ਲੋਕ ਟੈਂਕੀਆਂ 'ਤੇ ਚੜੇ ਬੈਠੇ ਨੇ, ਉਹ ਇਸੇ ਪੰਜਾਬ ਦੇ ਵਿੱਚ ਇਹ ਸਟੂਡੈਂਟ ਅਤੇ ਸੁਸਾਈਡ ਦਾ ਮੁੱਦਾ ਉਸੇ ਤਰ੍ਹਾਂ ਜਿਉਂ ਦਾ ਤਿਉਂ ਹੈ। ਸਿੱਖਿਆ ਪ੍ਰਬੰਧ 'ਤੇ ਨਾ ਬੜੇ ਵੱਡੇ ਸਵਾਲ ਉਠਾ ਰਹੇ ਨੇ ਜਿਹੜੇ ਸਿੱਖਿਆ ਸ਼ਾਸਤਰੀ ਨੇ,
ਉਹਦਾ ਮੈਂ ਸਾਰਾ ਡਾਟਾ ਪੜ੍ਹ ਰਿਹਾ ਸੀਗਾ ਜਿਹੜਾ 2021 ਦੀ ਨੈਸ਼ਨਲ ਕ੍ਰਾਈਮ ਰੈਕਰਡ ਬਿਊਰੋ ਦੀ ਰਿਪੋਰਟ ਹੈਗੀ ਆ ਉਹਦੇ 'ਚ ਆਇਆ ਹੈਗਾ ਕਿ 2021 ਵਿੱਚ 13,089 ਡੈਥਸ ਹੋਈਆਂ ਨੇ ਸੂਸਾਈਡਸ ਤੋਂ ਸਟੂਡੈਂਟਸ ਦੀਆਂ। ਤੁਸੀਂ ਇਸੇ ਤਰ੍ਹਾਂ ਡਾਟਾ ਉਹਨਾਂ ਦਾ ਆਇਆ ਹੈਗਾ IITs ਦਾ, ਉਹਦੇ 'ਚ ਉੱਥੇ ਹੋਈਆਂ ਹੈਗੀਆਂ ਬਿਟਵੀਨ 2018 ਐਂਡ 2023 ਤੱਕ ਉੱਥੇ ਹੋਈਆਂ ਹੈਗੀਆਂ 33 ਡੈਥਸ। ਅਤੇ ਜਿਹੜੀਆਂ ਹੈਗੀਆਂ NITs ਨੇ, IIMs ਨੇ, ਜਿਹੜੀਆਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟਸ ਨੇ, ਟੋਪ ਦੀ ਅਲੀਟ ਸੰਸਥਾਵਾਂ ਨੇ, ਉੱਥੇ ਹੋਈਆਂ ਹੈਗੀਆਂ 61 ਡੈਥਸ ਜਿਹੜੀਆਂ ਸੂਸਾਈਡ ਨਾਲ ਹੋਈਆਂ। ਅਤੇ ਜਿੱਥੇ ਕੋਟਾ ਜਿਹੜਾ ਕਿ ਬਹੁਤ ਮੇਨ ਇੱਕ ਕੋਚਿੰਗ ਸੈਂਟਰ ਬਣਿਆ ਹੋਇਆ, ਬੜਾ ਵੱਡਾ ਕੋਚਿੰਗ ਹੱਬ ਬਣਿਆ ਹੋਇਆ, ਉੱਥੇ ਫਰੋਮ ਜਨਵਰੀ ਟੂ ਅਗਸਤ 2023 ਐਵਰੀ ਡੇ ਜਿਹੜਾ ਟੋਲ ਹੈਗਾ ਉਹ 3 ਬੱਚੇ ਆਪਣਾ ਖੁਦਕੁਸ਼ੀ ਕਰ ਰਹੇ ਹੈਗੇ ਆ। ਉਹ ਇਹ ਚੀਜ਼ ਇਹ ਸ਼ੋ ਕਰ ਰਹੀ ਆ ਕਿ ਇੱਥੇ ਜਿਹੜੀ ਜਿੰਨੀ ਸਿੱਖਿਆ ਹੈਗੀ ਆ ਨਾ, ਉਹਨੂੰ ਇਹਨਾਂ ਨੇ ਯੋਗਤਾ ਟੈਸਟਾਂ ਦੇ ਵਿੱਚ ਐਸਾ ਉਲਝਾਤਾ ਕਿ ਉਹਦੇ ਵਿੱਚੋਂ ਜਿੰਨੀ ਤੁਹਾਡੀ ਕ੍ਰੀਏਟਿਵਿਟੀ ਆ ਮਾਇੰਡ ਦੀ, ਤੁਹਾਡੀ ਇਮੈਜੀਨੇਟਿਵ ਸਕਿੱਲਸ ਨੇ, ਤੁਹਾਡੀ ਫਿਲਸੋਫਿਕਲ ਵੇਸ ਨੇ ਆਫ ਥਿੰਕਿੰਗ ਜਾਂ ਥੋਟ ਪ੍ਰੋਸੈਸ ਦੇ, ਉਹ ਸਾਰੇ ਇਹਦਾ ਇਹਦੀ ਕੈਜੁਅਲਿਟੀ ਬਣ ਰਹੇ ਆ। ਮਤਲਬ ਇੰਡੀਆ ਦਾ ਜਿਹੜੀ ਸਿੱਖਿਆ ਨੀਤੀ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈਗੀ ਆ ਵੀ ਜਿਹੜੇ ਇਸ ਤਰ੍ਹਾਂ ਦੇ ਯੋਗਤਾ ਟੈਸਟਾਂ ਦਾ ਬਰਡਨ ਹੈਗਾ, ਟੈਸਟ ਆਫਟਰ ਟੈਸਟ, ਐਗਜ਼ਾਮ ਆਫਟਰ ਐਗਜ਼ਾਮ, ਉਹ ਜਿਹੜਾ ਬਰਡਨ ਆ ਅਤੇ ਜਿਹੜੀ ਉਹ ਪੂਰੀ ਰੈਟ ਰੇਸ ਹੈਗੀ ਆ, ਉਹਦੇ ਵਿੱਚ ਬੱਚੇ ਵਿਚਾਰੇ ਆਪਣੇ ਚੰਗੇ ਭਵਿੱਖ ਦੀ ਤਲਾਸ਼ ਕਰਕੇ, ਮਾਂ ਪਿਓ ਦੇ ਆਪਣੇ ਦੇ ਡ੍ਰੀਮਸ ਪੂਰੇ ਕਰਨ ਲਈ, ਉਹ ਵਿਚਾਰੇ ਇੱਕ ਤਰ੍ਹਾਂ ਨਾਲ ਮਸ਼ੀਨ ਉਹਨਾਂ ਨੂੰ ਤਬਦੀਲ ਕਰਦਾ ਹੈਗਾ ਕਿ ਉਹਨਾਂ ਦੀਆਂ ਜਿਹੜੀਆਂ ਹਿਊਮਨ ਫੀਲਿੰਗਸ ਨੇ ਉਹ ਸਾਰੀਆਂ ਹੀ ਉਹਨਾਂ ਦੀਆਂ ਦਬਾ ਦਿੱਤੀਆਂ ਗਈਆਂ। ਬਿਲਕੁਲ ਆਖਰ 'ਚ ਗਿੱਲ ਸਾਹਿਬ, 17 ਤਾਰੀਖ ਤੋਂ ਜਿਹੜੇ ਨੇ ਚੋਣਾਂ 5 ਸੂਬਿਆਂ 'ਚ ਹੋ ਰਹੀਆਂ ਨੇ, ਸੋ 5 ਸੂਬਿਆਂ 'ਚ ਇਹ ਚੋਣਾਂ ਹੋਣੀਆਂ ਨੇ। 17 ਨਵੰਬਰ ਤੋਂ ਸਿਲਸਿਲਾ ਸ਼ੁਰੂ ਹੋ ਜਾਣਾ ਅਤੇ 3 ਦਸੰਬਰ ਨੂੰ ਨਤੀਜੇ ਨੇ। ਸੋ 3-13 ਵਾਲੇ ਬਹੁਤ ਜਾਂ ਹੋਰ ਬਹੁਤ ਇਸ ਸੰਬੰਧੀ ਤਿਕੜਮਬਾਜ਼ੀਆਂ ਹੋਣਗੀਆਂ। ਕਿਵੇਂ ਵੇਖਦੇ ਹੋ ਇਸ ਇਲੈਕਸ਼ਨ ਨੂੰ, ਜਿਹਦੇ 'ਚ ਕਿਤੇ ਨਾ ਕਿਤੇ ਬੀਜੇਪੀ ਨੂੰ ਵੀ ਦਿੱਕਤਾਂ ਬਹੁਤ ਨੇ, ਐਂਟੀ ਇਨਕੰਬੈਂਸੀ ਵੀ ਬਹੁਤ ਹੈ, ਕੀ ਇਸ ਦੌਰਾਨ ਕਈ ਵਾਰੀ ਕਈ ਇੰਸੀਡੈਂਟ ਬਾਰਡਰ 'ਤੇ ਵਾਪਰਦੇ ਨੇ ਜਿਹੜੇ ਪੂਰੀ ਰਾਜ ਸੱਤਾ ਬਦਲਾ ਦਿੰਦੇ ਨੇ, ਭਾਵੇਂ ਉਹ ਪੁਲਵਾਮਾ ਹੋਵੇ ਭਾਵੇਂ ਹੋਰ ਮਸਲਾ ਹੋਵੇ? ਆਖਰ 'ਚ ਕਿਵੇਂ ਵੇਖਦੇ ਹੋ ਇਹਨਾਂ ਚੋਣਾਂ ਦੇ ਐਲਾਨ ਹੁੰਦਿਆਂ? ਜੀ ਕੱਲ੍ਹ ਨਾ ਅੱਜ ਮਤਲਬ ਕਿ ਲਦਾਖ ਦੇ ਰਿਜ਼ਲਟਸ ਆਏ ਹੈਗੇ ਆ, ਜਿਹੜੀ ਉੱਥੇ ਹੁਣੇ ਚੋਣ ਹੋਈ ਹੈਗੀ ਆ, ਉੱਥੇ ਜਿਹੜੀ ਚੋਣ ਹੈਗੀ ਆ ਕਲੀਨ ਸਵੀਪ ਕੀਤੀ ਹੈਗੀ ਕਾਂਗਰਸ ਨੇ ਅਤੇ ਨੈਸ਼ਨਲ ਕਾਨਫਰੰਸ ਨੇ, ਅਤੇ ਕਾਂਗਰਸ ਦਾ ਜਿਹਦੇ ਨਾਲ ਅਲਾਇੰਸ ਸੀ ਆ PDF ਦੇ ਨਾਲ, ਉਹਨਾਂ ਨੇ ਮੋਰ ਦੈਨ 50% ਵੋਟਸ ਉੱਥੇ ਜਿੱਤੀਆਂ ਹੈਗੀਆਂ। ਮਤਲਬ ਜਿਹੜੇ ਟ੍ਰੈਂਡਸ ਨੇ ਉਹ ਲੱਗ ਰਹੇ ਆ ਕਿ BJP ਦੇ ਹੱਥੋਂ ਗੱਲ ਨਿਕਲ ਰਹੀ ਆ, ਪਰ ਇਹਨਾਂ ਦਾ ਕਿਉਂਕਿ ਉੱਥੇ ਹੁਣ ਐਂਟੀ ਇਨਕੰਬੈਂਸੀ ਵੀ ਹੈਗਾ ਮੱਧ ਪ੍ਰਦੇਸ਼ ਦੇ ਵਿੱਚ, ਤਾਂ ਇਸੇ ਤਰ੍ਹਾਂ ਤੇਲੰਗਾਨਾ ਵਿੱਚ ਵੀ ਐਂਟੀ ਇਨਕੰਬੈਂਸੀ ਹੈਗਾ, ਫਿਰ ਛੱਤੀਸਗੜ੍ਹ ਹੈਗਾ, ਇਸੇ ਤਰ੍ਹਾਂ ਰਾਜਸਥਾਨ ਹੈਗਾ, ਉੱਥੇ ਭਾਵੇਂ ਕਾਂਗਰਸ ਦੀਆਂ ਸਰਕਾਰਾਂ ਨੇ, ਪਰ ਉਹਨਾਂ ਦੇ ਇਹੀ ਇੱਕ ਫੈਕਟਰ ਹੈਗਾ ਕਿ ਐਂਟੀ ਇਨਕੰਬੈਂਸੀ ਕਰਕੇ। ਪਰ ਦੂਜੇ ਪਾਸੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਰਾਜਸਥਾਨ ਦੇ ਵਿੱਚ ਹਾਊਸ ਡਿਵਾਈਡਡ ਹੈਗਾ ਬਹੁਤ, ਇਸੇ ਤਰ੍ਹਾਂ ਇਹਨਾਂ ਨੇ ਮੱਧ ਪ੍ਰਦੇਸ਼ ਵਿੱਚ ਕਈ ਆਪਣੇ ਮਿਨਿਸਟਰ ਜਿਹੜੇ ਸਿਟਿੰਗ ਯੂਨੀਅਨ ਮਿਨਿਸਟਰਸ ਨੇ ਉਹਨਾਂ ਨੂੰ MLA ਦੀ ਰੇਸ ਵਿੱਚ ਉਤਾਰਿਆ ਗਿਆ ਅਤੇ ਕਈ MPs ਨੂੰ ਉਤਾਰਿਆ ਗਿਆ ਹੈ, ਕਿੰਨਾ ਨੰਬਰ ਹੈਗਾ। ਹੁਣ ਦੇਖਦੇ ਹਾਂ ਕਿ ਦੂਜੇ ਸੂਬਿਆਂ ਜਾਂ ਹੋਰ ਜਿਹੜੀਆਂ ਟਿਕਟਾਂ ਵੰਡੀਆਂ ਜਾਂ ਕੀ ਆਪਣੀ ਸੈਂਟਰ 'ਚੋਂ ਹੀ ਆਪਣੇ ਐਡੇ ਵੱਡੇ ਮਿਨਿਸਟਰਸ ਜਾਂ ਮੈਂਬਰ ਪਾਰਲੀਮੈਂਟਾਂ ਨੂੰ ਭੇਜਣਗੇ ਕਿ ਇਹਨਾਂ ਨੂੰ ਆਪਣੇ ਉੱਥੇ ਲੋਕਲ ਲੀਡਰਸ਼ਿਪ 'ਤੇ ਵਿਸ਼ਵਾਸ ਨਹੀਂ ਹੈਗਾ। ਸੋ ਕਿਤੇ ਨਾ ਕਿਤੇ ਅਨਸਰਟਨ ਤਾਂ ਲੱਗ ਹੀ ਰਿਹਾ ਹੈਗਾ ਫਿਊਚਰ ਭਾਰਤੀ ਜਨਤਾ ਪਾਰਟੀ। ਜੀ ਗਿੱਲ ਸਾਹਿਬ, ਇੱਕ ਸਵਾਲ ਜਾਂਦੇ ਜਾਂਦੇ ਹੋਰ ਸੀ, ਤੁਸੀਂ ਵੀ ਚੋਟੀ ਦੇ ਖਿਡਾਰੀ ਰਹੇ ਹੋ, ਹਾਕੀ ਨਾਲ ਬੜਾ ਲਗਾ ਰਹੇ ਆ, ਕਿਸ ਤਰ੍ਹਾਂ ਦੀ ਪੰਜਾਬ ਦੀ ਜਾਂ ਭਾਰਤ ਦੀ ਪਰਫਾਰਮੈਂਸ ਇਹਨਾਂ ਏਸ਼ੀਆਡ ਦੇ ਵਿੱਚ? ਇਹਨਾਂ ਨੇ ਗੋਲਡ ਜਿੱਤਿਆ, ਕਾਫੀ ਸਾਲਾਂ ਬਾਅਦ ਜਿੱਤਿਆ ਹੈਗਾ ਤੇ ਕਾਫੀ ਵਧਾਈ ਦੇ ਪਾਤਰ ਨੇ। ਇਸ ਵਾਰੀ ਇੰਡੀਆ ਦਾ ਜਿਹੜੇ ਟੈਲੀ ਰਹੀ ਹੈਗੀ ਮੈਡਲਸ ਦੀ ਹੁਣ ਤੱਕ ਦੀ ਸਭ ਨਾਲ ਜ਼ਿਆਦਾ ਰਹੀ, 107 ਇਹਨਾਂ ਨੇ ਮੈਡਲਸ ਜਿੱਤੇ ਨੇ। ਸੋ ਇਸ ਵਾਰੀ ਸਪੋਰਟਸ ਦੀ ਜਿਹੜੀ ਕੁੱਲ ਮਿਲਾ ਕੇ ਆਉਣ ਦੀ ਹੋਰ ਪਰਫਾਰਮੈਂਸ ਬਹੁਤ ਚੰਗੀ ਰਹੀ। ਪਰ ਖਿਡਾਰੀਆਂ 'ਤੇ ਦਬਾਅ ਸੀ, ਜਿਸ ਤਰ੍ਹਾਂ ਬਜਰੰਗ ਦਾ ਮਸਲਾ ਸੀ ਜਾਂ ਖਾਸ ਕਰਕੇ ਬ੍ਰਿਜ ਭੂਸ਼ਣ ਦਾ ਮਸਲਾ ਸੀ, ਉਹਨਾਂ ਦੀ ਪਰਫਾਰਮੈਂਸ ਮਿਲ ਰਹੀਆਂ। ਸੋ ਦੋਸਤੋ, ਇਸ ਦੇ ਨਾਲ ਹੀ ਤੁਹਾਡੇ ਦੋਸਤ ਪਰਮਿੰਦਰ ਸਿੰਘ ਟਵਾਣਾ ਅਤੇ ਮੇਰੇ ਦੋਸਤ ਰਣਜੀਤ ਸਿੰਘ ਕੋਕੀ ਗਿੱਲ ਨੂੰ ਦੇਵਾ ਗਿਆ। ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।